ਜਦੋਂ ਮੈਂ 4 ਸਾਲ ਪਹਿਲਾਂ ਇੱਥੇ ਆਇਆ ਸੀ ਨਾ, ਉਦੋਂ ਮੁਲਤਾਨ ਤੇ ਕਸੂਰ ਮੈਂ ਜ਼ਰੂਰ ਜਾਣਾ ਚਾਹੁੰਦਾ ਸੀ। ਸ਼ਹਿਰ ਤਾਂ ਸ਼ਹਿਰਾਂ ਵਰਗੇ ਆ, ਚਾਹੇ ਲਹਿੰਦੇ ਦੇ ਹੋਣ ਤੇ ਚਾਹੇ ਚੜ੍ਹਦੇ ਦੇ ਹੋਣ, ਪਰ ਇੱਕ ਮਨ 'ਚ ਇੱਛਾ ਸੀਗੀ, ਜਿਵੇਂ ਲਾਹੌਰ 'ਚ ਕਰੀ ਜਾਂ ਨਨਕਾਣਾ ਸਾਹਿਬ, ਇੱਦਾਂ ਇੱਛਾ ਸੀ ਕਿ ਕਸੂਰ ਸ਼ਹਿਰ ਇੱਕ ਵਾਰੀ ਜ਼ਰੂਰ ਜਾ ਕੇ ਆਉਂ। ਬਾਬਾ ਬੁੱਲਾ ਸ਼ਾਹ ਜੀ ਜਿਹੜੇ ਕਿ ਜੇ ਪੰਜਾਬ ਦੇ ਵੇਖਿਆ ਜਾਵੇ ਤਾਂ ਇੱਕ ਬੜੇ ਸਤਿਕਾਰਯੋਗ ਸ਼ਾਇਰ ਕਵੀ ਕਹਿ ਲਓ, ਕਿਉਂਕਿ ਉਹਨਾਂ ਦਾ ਜਿਹੜਾ ਇਕੱਲਾ ਇਕੱਲਾ ਬੋਲ ਆ, ਚਾਹੇ ਬਾਬਾ ਫਰੀਦ ਜੀ ਦਾ ਹੋਵੇ, ਇਹ ਜਿਹੜੇ ਬੋਲ ਹੈ ਟੂੰਬਦੇ ਆ ਮਨ ਨੂੰ। ਅਤੇ ਬੜੀ ਇੱਛਾ ਸੀਗੀ, ਉੱਥੇ ਵੀ ਅਸੀਂ ਜਾਏ ਹਾਂ ਜੀ, ਕਸੂਰ ਵੀ, ਕਟਾਸ ਰਾਜ ਹਾਂਜੀ, ਉੱਥੇ ਇੱਕ ਛੋਟਾ ਕਿਲਾ ਵਾ, ਉੱਥੇ ਹਰੀ ਸਿੰਘ ਨਲੂਆ ਦਾ, ਫਿਰ ਉੱਥੇ ਦੱਸਿਆ ਜਾਂਦਾ ਵੀ ਕਿ ਗੁਰਦੁਆਰਾ ਸਾਹਿਬ ਵੀ ਸੀ ਉਦੋਂ। ਫਿਰ ਸਾਰਿਆਂ ਨਾਲ ਇੰਪੋਰਟੈਂਟ, ਜੇ ਤੁਹਾਡੇ ਕੋਲ ਪੂਰਾ ਇੱਕ ਦਿਨ ਦਾ ਟਾਈਮ ਹੋਵੇ, ਤੁਸੀਂ ਤੀਰ ਤੁਲ ਮਿਲਿਆ ਹੋਵੇ ਅਤੇ ਉੱਤੇ ਟਿੱਲਾ ਜੋਗੀਆਂ, ਉਹ ਟਿੱਲਾ ਜੋਗੀਆਂ ਪਿਛਲੀ ਵਾਰ ਵੀ ਰਹਿ ਗਿਆ, ਉਦੋਂ ਆਸ ਬਣੀ ਸੀ ਅਗਲੀ ਵਾਰ ਜਾਵਾਂਗੇ, ਅਤੇ ਐਤਕੀ ਵੀ ਰਹਿ ਗਿਆ। ਸਭ ਤੋਂ ਵੱਡੀ ਗੱਲ ਹੁੰਦੀ ਹੈ ਜਿੱਥੇ ਖਲੋਜੀ ਦਾ ਰਸਤਾ ਪੁੱਛਣ ਵਾਸਤੇ, ਉੱਥੇ ਚਾਹ ਆਫਰ ਹੋ ਜਾਂਦੀ ਹੈ, ਚਾਹ ਪੀ ਕੇ ਜਾਣਾ। ਜੇ ਕਮ ਸੇ ਕਮ ਚਾਹ ਨਹੀਂ ਪੀਣੀ ਤੇ ਸਰਦਾਰ ਜੀ ਦੋ ਗੱਲਾਂ ਤੇ ਕਰਕੇ ਜਾਓ। ਤੇ ਲਾਹੌਰ ਚ ਤੇ ਆ ਕੇ ਇੱਦਾਂ ਨਾ, ਫਿਰ ਇਤਿਹਾਸ ਹੀ ਇੰਨਾ ਜ਼ਿਆਦਾ ਹੈ ਕਿ ਉਹਦੇ ਵਿੱਚ ਤੇ 10 ਦਿਨ ਇਕੱਲੇ ਡੇਰਾ ਲਾਹੌਰ ਚ ਚਾਹੀਦਾ। ਜਿੰਨੇ ਵੇਖਣ ਡੇ ਵੀਡੀਓ, ਇਹ ਅਸੀਂ ਗੱਲ ਕਰਨ ਡੇ ਜਿਹੜੀ ਵੀ ਜੋ ਸਾਨੂੰ ਯਾਦ ਆਉਣ ਡਿਆ, ਜੇ ਆਪਾਂ ਯਾਦ ਕਰਕੇ ਲੱਗ ਪਈਏ ਤਾਂ ਜਿਹੜਾ ਸ਼ੌਕੀਨ ਹੋਵੇ, ਜਿਹੜਾ ਹਿਸਟਰੀ ਨਾਲ ਦੇਖਣ ਦਾ ਜਾਂ ਉਹਨਾਂ ਵੀਡੀਓ 'ਚ ਸ਼ੌਕ ਰੱਖਦਾ ਹੋਵੇ, ਵਲੌਗ ਬਣਾਉਣਾ ਚਾਹੁੰਦਾ ਹੋਵੇ, ਇੱਥੇ ਤੁਸੀਂ ਸਾਲ ਵੀ ਰਹੋਗੇ ਅਤੇ ਉਹ ਹਿਸਟੋਰੀਕਲ ਬਿਲਡਿੰਗ ਵੀ ਘੁੰਮਣੀਆਂ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਅੱਜ ਅਸੀਂ ਇੱਕ ਹਵੇਲੀ ਬਹਿ ਕੇ, ਡੰਗਰਾਂ 'ਚ ਬਹਿ ਕੇ ਪੋਡਕਾਸਟ ਰਿਕਾਰਡ ਕਰਨ ਚੱਲੇ। ਵੈਸੇ ਤਾਂ ਯੂਜਲੀ ਹੁੰਦੀ ਹੈ ਪੋਡਕਾਸਟ ਜਿਹੜੀ ਨਾ, ਸਟੂਡੀਓ 'ਚ ਰਿਕਾਰਡ, ਅਤੇ ਸਾਡਾ ਨਿਸ਼ਾਨ ਸਿੰਘ ਹੁਣੀ ਆਏ ਨੇ ਆਸਟ੍ਰੇਲੀਆ ਤੋਂ। ਇਹਨਾਂ ਨੇ ਤਕਰੀਬਨ ਪੰਜਾਬ ਦੇ ਵਿੱਚ ਕਾਫੀ ਸਾਰੀਆਂ ਜਗ੍ਹਾਵਾਂ 'ਤੇ ਗਏ ਨੇ। ਮੋਸਟਲੀ ਜਿਹੜੇ ਲੋਕ ਆਉਂਦੇ ਨੇ ਇੰਡੀਆ ਤੋਂ ਜਾਂ ਹੋਰ ਦੂਜੇ ਮੁਲਕਾਂ ਤੋਂ, ਉਹਨਾਂ ਜਗ੍ਹਾਵਾਂ 'ਤੇ ਨਹੀਂ ਜਾਂਦੇ। ਸੋ ਇਹ ਵਲੌਗ ਵੀ ਬਣਾਉਂਦੇ ਨੇ, ਉਹ ਵਲੌਗ ਦੀ ਰਾਹੀਂ ਜਿਹੜਾ ਵਾ ਇੱਕ ਵਧੀਆ ਮੈਸੇਜ ਵੀ ਪਹੁੰਚਦਾ ਕਿ ਜਿੱਥੇ ਜਿੱਥੇ ਗਏ ਨੇ ਹੋਰ ਵੀ ਲੋਕ ਆਉਣ, ਜਿਹੜੇ ਉਹਨਾਂ ਜਗ੍ਹਾ ਉਹਨਾਂ ਸਥਾਨਾਂ 'ਤੇ ਜਾਣਾ ਚਾਹੁੰਦੇ ਨੇ, ਹਿਸਟੋਰੀਕਲ ਜਗ੍ਹਾ ਨੇ, ਉਹ ਇਤਿਹਾਸਿਕ ਜਗ੍ਹਾ ਨੇ, ਉਹਨਾਂ 'ਤੇ ਗਏ ਨੇ, ਵੀਡੀਓਜ਼ ਵੀ ਤੁਹਾਡੇ ਤੱਕ ਸ਼ੇਅਰ ਕੀਤੀਆਂ ਨੇ, ਕੁਛ ਹੋਰ ਵੀ ਕਰਨਗੇ ਉਹਨਾਂ ਨਾਲ ਗੱਲਬਾਤ ਅੱਜ ਦੀ, ਹਰ ਇੱਕ ਜਗ੍ਹਾ ਦੀ ਵੱਖਰੀ ਵੱਖਰੀ ਕਰਾਂਗੇ ਵੀ ਕਿੱਥੇ ਕਿੱਥੇ ਗਏ, ਕਿਵੇਂ ਕਿਵੇਂ ਗਏ, ਕੀ ਕੁਛ, ਜਿਵੇਂ ਆਪਾਂ ਕਰ ਲਈ ਨਾ ਟਰੈਵਲ ਡਾਇਰੀ ਇਹਨਾਂ ਦੀ, ਅੱਜ ਇਸ ਪੋਡਕਾਸਟ ਵਿੱਚ ਟਰੈਵਲ ਡਾਇਰੀ ਆਪਾਂ ਡਿਸਕਸ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕੀ ਹਾਲ ਚਾਲ ਹੈ? ਵਧੀਆ, ਬਹੁਤ ਵਧੀਆ ਜੀ। ਕਿਸ ਤਰ੍ਹਾਂ ਚੱਲ ਰਹੀ ਫੇਰੀ ਪਾਕਿਸਤਾਨ ਦੀ? ਫੇਰੀ ਬਹੁਤ ਵਧੀਆ ਚੱਲ ਰਹੀ ਹੈ ਜੀ। ਵਧੀਆ ਚੱਲ ਰਹੀ ਹੈ? ਹਾਂਜੀ ਹਾਂਜੀ। ਪਟਾਕੇ ਪੈ ਰਹੇ? ਹਾਂ, 20 ਦਿਨਾਂ 'ਚੋਂ 18 ਦਿਨ ਲੰਘ ਗਏ ਆ। ਹਾਂ ਹਾਂਜੀ। ਵੈਸੇ ਪ੍ਰੋਗਰਾਮ ਤਾਂ ਮਹੀਨੇ ਪੂਰੇ ਦਾ ਸੀ, ਮਹੀਨਾ ਪੂਰਾ ਫਿਰਨਾ। ਹਾਂਜੀ, ਉਹ ਕੋਈ ਕੰਮ ਆ ਪਿਆ ਵਿੱਚੋਂ ਜਾਣਾ ਪਿਆ। ਇਹਨਾਂ ਦਾ ਤੇ ਮੇਰਾ ਪਲਾਨ ਸੀ ਵੀ ਸਕੂਟਰ ਤੇ ਐਦਕਾ ਆਪਾਂ ਗੇੜੀ ਕਰਨੀ ਆ, ਤੇ ਲੇਕਿਨ ਵਿਆਹ ਇਹਨਾਂ ਨੂੰ ਪੈ ਗਿਆ। ਚਲੋ ਕੋਈ ਨਹੀਂ, ਅਗਲੀ ਵਾਰੀ ਸਹੀ, ਅਗਲੀ ਵਾਰੀ ਸਹੀ। ਤੇ ਪਹਿਲਾਂ ਤੇ ਗੱਲਾਂ ਹੁੰਦੀਆਂ ਰਹਿੰਦੀਆਂ, ਜਿਹੜੇ ਲੋਕ ਆਉਂਦੇ ਨੇ ਵੀ ਕਿਸ ਤਰ੍ਹਾਂ ਲੱਗਾ, ਕਿਵੇਂ ਲੱਗਾ, ਪਾਕਿਸਤਾਨ ਆ ਕੇ ਕੀ ਲੱਗਾ, ਉਹ ਸਾਰੀਆਂ ਗੱਲਾਂ ਰਿਕਾਰਡ ਅੱਗੇ ਹੁੰਦੇ ਨੇ। ਤੇ ਪੋਡਕਾਸਟ ਥੋੜ੍ਹੀ ਜਿਹੀ ਹਟ ਕੇ ਆਪਾਂ ਕਰਨੀ ਆ ਵੀ ਟਰੈਵਲ ਡਾਇਰੀ ਆਪਾਂ ਕਰਨੀ ਆ ਕਿ ਤੁਸੀਂ ਕਿੱਥੋਂ ਸ਼ੁਰੂ ਕੀਤਾ, ਕਿੱਧਰ ਕਿੱਧਰ ਤੱਕ ਗਏ, ਕੀ ਤੁਹਾਨੂੰ ਉਹਦੇ 'ਚ ਮੁਸ਼ਕਲਾਂ ਆਈਆਂ, ਕੋਈ ਔਕੜਾਂ ਆਈਆਂ, ਕੋਈ ਸੁਖਾਈਆਂ ਹੋਈਆਂ, ਲੋਕਾਂ ਨਾਲ ਤੱਕ ਗਏ, ਕਿਸ ਤਰ੍ਹਾਂ ਦਾ ਰਿਹਾ ਸਾਰਾ ਕੁਛ, ਕਿੱਥੋਂ ਸ਼ੁਰੂ ਕੀਤਾ ਤੇ ਪਲੈਨਿੰਗ ਪਹਿਲਾਂ ਕਰਕੇ ਆਇਆ ਸੀ ਵੀ ਇੱਥੇ ਜਾਣਾ? ਜਦੋਂ ਤੇ ਅਸੀਂ ਇਤਿਹਾਸ ਪੜ੍ਹਦੇ ਰਹਿੰਦੇ ਹਾਂ, ਕਾਫੀ ਪਲੈਨਿੰਗ ਪਹਿਲਾਂ ਥਾਵਾਂ ਦੀ ਹੋਈ ਸੀ, ਪਰ ਜਿਹੜਾ ਇਹ ਸਾਡਾ ਟ੍ਰਿਪ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਅਸੀਂ ਪਲੈਨਿੰਗ ਨਹੀਂ ਕੀਤੀ। ਅਚਾਨਕ ਆ ਗਏ ਅਤੇ ਆਪਾਂ ਜਦੋਂ ਵਾਹਗਾ ਬਾਰਡਰ ਤੋਂ ਆਏ ਹਾਂ, ਸਿੱਧੇ ਨਨਕਾਣਾ ਸਾਹਿਬ ਵੀ ਪਹੁੰਚੇ ਸੀਗੇ। ਨਨਕਾਣਾ ਸਾਹਿਬ ਆਪਾਂ ਦਰਸ਼ਨ ਮੇਲੇ ਕਰਕੇ 2-3 ਦਿਨ ਰਹੇ ਉੱਥੇ ਨਨਕਾਣਾ ਸਾਹਿਬ, ਲਾਗੇ ਬੁੱਚੇ ਕੀ ਹਫਤ ਮਦਰ ਯਾਤਰੀ ਪਿੰਡ, ਇੱਦਾਂ ਕਰਦੇ ਯਾਤਰਾ। ਮੁੜ ਕੇ ਜਿਹੜੀ ਅਸਲੀ ਯਾਤਰਾ, ਜਿਹੜੀ ਫਿਰ ਸੱਚਾ ਸੌਦਾ ਸਾਹਿਬ ਹੋ ਕੇ ਫਿਰ ਅਸੀਂ ਪੰਜਾ ਸਾਹਿਬ ਚਲੇ ਗਏ ਸੀ। ਪੰਜਾ ਸਾਹਿਬ ਤੋਂ ਬਾਅਦ 'ਚ ਤਾਂ ਉਹੀ ਸਥਾਨ ਤਕਰੀਬਨ ਸਾਰੀ ਸੰਗਤ ਜਾਂਦੀ ਹੈ। ਚੋਹਾ ਸਾਹਿਬ ਫਿਰ ਯਾਤਰਾ ਸ਼ਾਇਦ ਨਹੀਂ ਜਾਂਦੀ, ਜਿਹੜੇ ਯਾਤਰੀ ਆਉਂਦੇ ਹਨ। ਚੋਹਾ ਸਾਹਿਬ ਅਤੇ ਰੋਹਤਾਸ ਦਾ ਕਿਲਾ, ਉਸ ਤੋਂ ਫਿਰ ਅਸੀਂ ਜਾਣਾ ਤਾਂ ਹੋਰ ਬਹੁਤ ਥਾਵਾਂ 'ਤੇ ਸੀ, ਪਰ ਸਮਾਂ ਸੰਕੋਚਵਾਂ ਫਿਰ ਛੱਡਣੀਆਂ ਪਈਆਂ। ਗੁਜਰਾਤ ਹਾਫਜਾਬਾਦ ਛੱਡ ਕੇ ਸਿਆਲਕੋਟ ਚਲੇ ਗਏ ਸੀ ਜੀ। ਸਿਆਲਕੋਟ ਬਾਬੇ ਦੀ ਬੇਰ, ਉੱਥੋਂ ਫਿਰ ਦਰਸ਼ਨ ਵੇਲੇ ਕਰਕੇ ਪਸਰੂਰ ਪਹਿਲੀ ਵਾਰ ਗਿਆ ਸੀ ਮੈਂ। ਫਿਰ
ਪਰ ਸਰੂਰ ਦੇ ਵਿੱਚੋਂ ਨਿਸ਼ਾਨੀ ਹੈ ਗੁਰਦੁਆਰਾ ਸਾਹਿਬ ਜੀ ਦੀ, ਜਿਹੜੀ ਅੱਗੇ ਥੋੜ੍ਹਾ ਜਿਹਾ ਡਿਓੜੀ ਟਾਈਪ ਬਚੀ ਹੋਈ ਹੈ ਇੱਕ ਦਰਵਾਜ਼ਾ ਹੀ। ਅਤੇ ਕਰਤਾਰਪੁਰ ਸਾਹਿਬ ਵੀ ਅਸੀਂ ਇੱਕ ਵਾਰ ਉੱਧਰੋਂ ਆ ਚੁੱਕੇ ਹਾਂ ਚੜ੍ਹਦੇ 'ਚੋਂ, ਅਤੇ ਇਸ ਵਾਰ ਇੱਛਾ ਸੀਗੀ ਕਿ ਆਪਾਂ ਲਹਿੰਦੇ 'ਚੋਂ ਵੀ ਜਾ ਕੇ ਦੇਖੀਏ। ਕਰਤਾਰਪੁਰ ਸਾਹਿਬ ਗਏ ਹਾਂ, ਅਤੇ ਫਿਰ ਅਸੀਂ ਐਮਨਾਬਾਦ ਵੱਲੋਂ ਹੁੰਦੇ ਹੋਏ ਗੁਜਰਾਂਵਾਲਾ ਐਮਨਾਬਾਦ ਹੋ ਕੇ, ਅਤੇ ਉਹਦੇ ਲਾਗੇ ਅਸੀਂ ਇੱਕ ਗਲੋਟੀਆਂ ਖੁਰਦ ਪਿੰਡ ਵੀ ਗਏ ਸੀਗੇ, ਜਿੱਥੇ ਛੇਵੇਂ ਅਤੇ ਸੱਤਵੇਂ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਅੱਜ ਵੀ ਪਿੰਡ ਦੇ ਵਿੱਚ ਖੜ੍ਹਾ ਹੈ, ਦਸਕਾ ਦੇ ਵਿੱਚ, ਦਸਕਾ ਦੇ ਲਾਗੇ। ਹਾਂਜੀ। ਅਤੇ ਫਿਰ ਅਸੀਂ ਗੁਜਰਾਂਵਾਲਾ ਅਤੇ ਆਪਣਾ ਐਮਨਾਬਾਦ ਤੋਂ ਹੋ ਕੇ ਫਿਰ ਲਾਹੌਰ ਆ ਗਏ ਸੀਗੇ, ਅਤੇ ਲਾਹੌਰ 'ਚ ਤਾਂ ਆ ਕੇ ਇੱਦਾਂ ਨਾ, ਫਿਰ ਇਤਿਹਾਸ ਹੀ ਇੰਨਾ ਜ਼ਿਆਦਾ ਹੈ ਕਿ ਉਹਦੇ ਵਿੱਚ ਤਾਂ 10 ਦਿਨ ਇਕੱਲੇ ਡੇਰਾ ਲਾਹੌਰ 'ਚ ਚਾਹੀਦਾ। ਪਰ ਮੇਨ ਮੇਨ ਸਥਾਨਾਂ ਦੇ ਦਰਸ਼ਨ ਕਰਕੇ ਫਿਰ ਹੋਰ ਵੀ ਇੱਛਾ ਸੀ ਕਿ ਜਿਹੜੇ ਸ਼ਹਿਰੋਂ ਬਾਹਰ ਹਨ ਕੁਛ ਥਾਂ, ਉੱਥੇ ਵੀ ਜਾਇਆ ਜਾਵੇ। ਤਾਂ ਫਿਰ ਅਸੀਂ ਹੋਰ ਬਹੁਤ ਸਾਰੇ ਪਿੰਡ ਆ, ਜਿਵੇਂ ਪਟਾਣਾ ਗਏ ਸੀਗੇ ਖਾਸ ਤੌਰ 'ਤੇ, ਜਿਵੇਂ ਜ਼ਿਕਰ ਕਰੀਏ ਲਾਹੌੜਾ ਸਾਹਿਬ ਗੁਰਦੁਆਰਾ, ਫਿਰ ਅੱਗੇ ਬਿਲਕੁਲ ਬਾਰਡਰ 'ਤੇ ਘਵਿੰਡੀ ਪਿੰਡ, ਹਾਂਜੀ ਘਵਿੰਡੀ ਪਿੰਡ, ਫਿਰ ਜਾਹਮਨ ਗਏ ਸੀਗੇ। ਉਹ ਬਿਲਡਿੰਗ ਇੱਕ ਜਿਹੜੀ ਨਾ, ਉਹ ਬਿਲਡਿੰਗ 'ਤੇ ਮੇਰੇ ਨਾ ਵਾਸੀ ਜੀ ਗਈ ਹੈ ਹਿਰਦੇ 'ਚ, ਪਹਿਲੀ ਪਾਤਸ਼ਾਹੀ ਦੇ ਬਿਲਕੁਲ ਬਾਰਡਰ 'ਤੇ ਰੋੜੀ ਸਾਹਿਬ ਗੁਰਦੁਆਰਾ। ਹਾਂਜੀ, ਉਹ ਵੀ। ਫਿਰ ਇੱਦਾਂ ਅਸੀਂ ਯਾਤਰਾ ਕਰਦੇ ਕਸੂਰ ਵੱਲ ਹੋਰ ਸਥਾਨਾਂ 'ਤੇ ਗਏ, ਅਤੇ ਮਹਾਰਾਜ ਸਾਨੂੰ ਫਿਰ ਹੌਲੀ ਹੌਲੀ ਉੱਚ ਵੀ ਲੈ ਗਏ, ਉੱਚ ਸ਼ਰੀਫ ਮੁਲਤਾਨ ਤੋਂ ਅੱਗੇ ਬਹਾਵਲਪੁਰ ਲਾ ਕੇ ਤੁਰ ਗਏ। ਹਾਂਜੀ ਹਾਂਜੀ। ਸੋ ਜਿਉਂ ਜਿਉਂ ਵੀਡੀਓ ਅੱਗੇ ਆਉਣਗੀਆਂ ਸਥਾਨਾਂ ਦੀਆਂ, ਕੋਸ਼ਿਸ਼ ਕੀਤੀ ਹੈ ਜਿੰਨਾ ਹੋ ਸਕੇ ਹੜੱਪਾ ਜਾਣਾ, ਚਾਹੇ ਤੁਲੰਬੇ ਲਾਗੇ ਮਖਦੂਮਪੁਰ ਸੱਜਣ ਠੱਗ ਜੀ ਦਾ ਜਿਹੜਾ ਸਥਾਨ ਸੀ, ਅਤੇ ਸੱਜਣ ਠੱਗ ਵੀ ਹੋਏ ਜੇ, ਹੋ ਆਏ ਉੱਥੇ ਮਖਦੂਮਪੁਰ ਪਹਾੜਾਂ ਤੋਂ ਉੱਧਰੋਂ। ਹਾਂਜੀ ਹਾਂਜੀ। ਸੋ ਕਾਫੀ ਲੰਬੀ ਯਾਤਰਾ ਹੋਈ 20 ਦਿਨਾਂ ਦੇ ਵਿੱਚ, ਜੋ ਮੈਂ ਐਕਸਪੈਕਟ ਕੀਤਾ ਸੀ ਉਸ ਦੇ ਨਾਲੋਂ ਵਧੀਆ ਸਾਨੂੰ ਯਾਤਰਾ ਹੋ ਗਈ। ਇਹ ਤਾਂ ਹੋ ਗਿਆ ਸ਼ਾਰਟ ਇੰਟਰੋਡਕਸ਼ਨ, ਕਿੱਥੇ ਕਿੱਥੇ ਗਏ ਹੁਣ ਇਹ ਪੋਡਕਾਸਟ ਦਾ ਮਤਲਬ ਵੀ ਸਾਡੇ 'ਚ ਲੰਬੀ ਗੱਲਬਾਤ ਆਪਾਂ ਕਰਨੀ ਹੈ ਵੀ ਪਹਿਲਾਂ ਸ਼ੁਰੂ ਹੋ ਗਿਆ ਤੁਹਾਡਾ ਯਾਤਰਾ ਜਿਹੜੀ ਨਾ ਮੇਨ ਗੁਰਦੁਆਰਾ ਜਿਹੜੇ ਨੇ, ਜੇ ਆਪਾਂ ਨਨਕਾਣਾ ਸਾਹਿਬ ਦੀ ਗੱਲ ਕਰਦੇ ਹਾਂ, ਪੰਜਾ ਸਾਹਿਬ ਦੀ ਗੱਲ ਕਰਦੇ ਹਾਂ, ਲਾਹੌਰ ਦੇ ਗੁਰਦੁਆਰਾ ਸਾਹਿਬਾਨ ਦੀ ਗੱਲ ਕਰਦੇ ਹਾਂ, ਉਹ ਚਲੋ ਸਾਰੇ ਹੁੰਦੇ ਯੂਜਲੀ ਹੋ ਕੇ ਜਾਂਦੇ ਆ। ਕਸੂਰ ਤੋਂ ਸ਼ੁਰੂ ਕਰਦੇ ਵੀ ਕਸੂਰ ਪਹਿਲਾਂ ਕਿੱਥੇ ਗਏ? ਕਸੂਰ ਅਸੀਂ ਬਾਬਾ ਬੁੱਲੇ ਸ਼ਾਹ ਜੀ ਦੇ ਗਏ ਸੀਗੇ, ਅਤੇ ਕਸੂਰ ਦੇ ਨੌਰਥ ਕਿਹੜਾ ਗੁਰਦੁਆਰਾ ਸਾਹਿਬ ਸੀ? ਉਹ ਹਾਂ, ਕਸੂਰ ਤੋਂ ਥੋੜ੍ਹੀ ਦੂਰ ਹੀ ਸੋਹਣ ਸਿੰਘ ਸੀਤਲ ਜੀ ਹੁਣਾਂ ਦਾ ਪਿੰਡ ਹੈ, ਉਹਨਾਂ ਦਾ ਪਿੰਡ ਹੈ ਬਿਲਕੁਲ ਬਾਹਰ ਵਾਰ। ਹਾਂ, ਅਤੇ ਉਹ ਪਿੰਡ ਦੇ ਬਾਹਰ ਵਾਰ ਕਣਕ ਦੇ ਵਿੱਚ ਇੱਕ ਹੀ ਸਟਰਕਚਰ ਖੜ੍ਹਾ ਹੈ, ਉਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੀਜੇ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ। ਉਹ ਵੀ ਫੋਟੋ ਮੈਂ ਬਹੁਤ ਲੰਮਾ ਸਮਾਂ ਪਹਿਲਾਂ ਵੇਖੀ ਸੀ, ਉਹੀ ਫੋਟੋ ਲੱਗੀ ਹੋਈ ਸ਼ਾਇਦ। ਅਤੇ ਅਸੀਂ ਫਿਰ ਉੱਥੇ ਕਸੂਰ ਉੱਥੇ ਵੀ ਗਏ ਸੀ, ਫਿਰ ਬਾਬਾ ਬੁੱਲਾ ਸ਼ਾਹ ਜੀ ਜਿਹੜੇ ਕਿ ਜੇ ਪੰਜਾਬ ਦੇ ਵੇਖਿਆ ਜਾਵੇ ਤਾਂ ਇੱਕ ਬੜੇ ਸਤਿਕਾਰਯੋਗ ਸ਼ਾਇਰ ਕਵੀ ਕਹਿ ਲਓ, ਕਿਉਂਕਿ ਉਹਨਾਂ ਦਾ ਜਿਹੜਾ ਇਕੱਲਾ ਇਕੱਲਾ ਬੋਲ ਆ, ਚਾਹੇ ਬਾਬਾ ਫਰੀਦ ਜੀ ਦਾ ਹੋਵੇ, ਇਹ ਜਿਹੜੇ ਬੋਲ ਹੈ ਟੂੰਬਦੇ ਆ ਮਨ ਨੂੰ। ਅਤੇ ਬੜੀ ਇੱਛਾ ਸੀਗੀ ਉੱਥੇ ਵੀ, ਉੱਥੇ ਵੀ ਅਸੀਂ ਜਾਏ ਹਾਂ ਜੀ ਕਸੂਰ ਵੀ। ਪਹਿਲਾਂ ਉਹਦੇ 'ਤੇ ਹੀ ਸੋਹਣ ਸਿੰਘ ਸੀਤਲ ਵਾਲੇ ਪਿੰਡ ਤੋਂ ਸ਼ੁਰੂ ਕਰਦੇ ਹੋ ਗੁਰਦੁਆਰਾ ਸਾਹਿਬ ਤੋਂ, ਉਹ ਪਤਾ ਵਾ ਕਦੋਂ ਦਾ ਕਿਹੜੇ ਸਾਲ 'ਚ ਬਣਿਆ? ਉਹ ਗੁਰਦੁਆਰਾ ਸਾਹਿਬ ਜਿਹੜਾ ਵਾ ਤਕਰੀਬਨ ਸਿੱਖ ਰਾਜ ਦੇ ਟਾਈਮ ਦੇ ਹੀ ਬਣੇ ਆ, ਮੈਨੂੰ ਹੁਣ ਐਗਜੈਕਟ ਉਹਦਾ ਯਾਦ ਨਹੀਂ ਆ ਰਿਹਾ। ਹੁਣ ਹੋਇਆ ਕੀ ਕਿ ਥੋੜ੍ਹੇ ਦਿਨਾਂ ਦੇ ਵਿੱਚ ਇੰਨੇ ਜ਼ਿਆਦਾ ਸਥਾਨਾਂ ਦੇ ਦਰਸ਼ਨ ਕੀਤੇ, ਇਨਫੋਰਮੇਸ਼ਨ ਵੀ ਮਿਕਸ ਹੋ ਰਹੀ ਹੈ ਇੱਦਾਂ ਜਦੋਂ ਆਪਾਂ ਸਾਰਿਆਂ ਦੀ ਇਕੱਠੀ ਗੱਲ ਕਰ ਰਹੇ ਹਾਂ। ਪਰ ਇੰਪੋਰਟੈਂਟ ਇਹ ਕਿ ਜਿਹੜਾ ਅਸੀਂ ਉੱਥੇ ਖੂਹ ਵੀ ਲੱਭਣ ਦੀ ਕੋਸ਼ਿਸ਼ ਕੀਤੀ, ਜਿੱਥੇ ਸੋਹਣ ਸਿੰਘ ਸੀਤਲ ਜੀ ਹੁਣਾਂ ਨੇ ਤੂਤਾਂ ਵਾਲਾ ਖੂਹ ਨਾਵਲ ਲਿਖਿਆ ਸੀ। ਆਪ ਜੀ ਨੂੰ ਪਤਾ ਨਹੀਂ ਪਤਾ ਹੈ ਕਿ ਨਹੀਂ, ਪਰ ਚੜ੍ਹਦੇ ਪੰਜਾਬ ਦੇ ਵਿੱਚ ਸਕੂਲਾਂ ਦੇ ਵਿੱਚ ਅੱਜ ਵੀ ਉਹ ਤੂਤਾਂ ਵਾਲਾ ਖੂਹ ਨਾਵਲ ਪੜ੍ਹਾਇਆ ਜਾਂਦਾ ਹੈ। ਅਸੀਂ ਵੀ ਆਪਣੇ ਸਕੂਲਿੰਗ 'ਚ ਪੜ੍ਹਿਆ, ਅਤੇ ਨਾਲ ਹੀ ਮੇਰੀ ਇੱਛਾ ਵੀ ਜਾਗੀ ਕਿ ਹੁਣ ਮੈਂ ਦੁਬਾਰਾ ਫਿਰ ਪੜ੍ਹਾਂਗਾ ਇੱਕ ਵਾਰ। ਅਤੇ ਖੂਹ ਤਾਂ ਨਹੀਂ ਸਾਨੂੰ ਲੱਭਾ, ਪਰ ਜਦੋਂ ਅਸੀਂ ਨਾਲ ਦੇ ਪਿੰਡ ਗਏ ਸੀਗੇ ਅਤੇ ਉਹਨਾਂ ਨੇ ਦੱਸਿਆ ਕਿ ਖੂਹ ਹੁੰਦਾ ਸੀ, ਵੱਡੇ ਦੱਸਦੇ ਹੁੰਦੇ ਸੀ ਵੀ ਖੂਹ ਹੈ, ਅਤੇ ਹੁਣ ਉਹ ਨਹੀਂ ਹੈ। ਠੀਕ। ਉਸ ਤੋਂ ਬਾਅਦ ਬੁੱਲੇ ਸ਼ਾਹ ਤੁਰ ਗਏ, ਬੁੱਲੇ ਸ਼ਾਹ ਤੋਂ ਬਾਅਦ ਕਿੱਧਰ ਕਿੱਧਰ ਦੀ ਫੇਰੀ ਸ਼ੁਰੂ ਕਰਤੀ? ਹਾਂਜੀ, ਆਪਾਂ ਗੁਰੂ ਮੰਗਟ ਵੀ ਗਏ ਸੀਗੇ, ਪਰ ਗੁਰੂ ਮੰਗਟ ਜਿਹੜਾ ਬਾਅਦ 'ਚ ਪਤਾ ਲੱਗਾ ਕਿ ਉਹ ਲਾਹੌਰ ਦੇ ਵਿੱਚ ਹੈ, ਇੱਕ ਗੁਰੂ ਮੰਗਟ ਲਾਹੌਰ 'ਚ, ਇੱਕ ਲਾਹੌਰ ਤੋਂ ਬਾਹਰ ਆ, ਅਤੇ ਆਹਲੂ ਪਿੰਡ ਦੇ ਲਾਗੇ ਅਸੀਂ ਉੱਥੇ ਗਏ ਸੀ। ਫਿਰ ਪਤਾ ਲੱਗਾ ਕਿ ਗੁਰੂ ਮੰਗਟ ਅਸਲੀ ਜਿੱਥੇ ਗੁਰਦੁਆਰਾ ਸਾਹਿਬ ਉਹ ਲਾਹੌਰ ਦੇ ਵਿੱਚ ਆ, ਉੱਥੇ ਨਹੀਂ ਹੈ। ਪਰ ਆਹਲੂ ਪਿੰਡ ਅਸੀਂ ਗਏ ਸੀ ਜਿਹੜਾ ਸਰਦਾਰ ਜੱਸਾ ਸਿੰਘ ਆਹਲੂ ਵਾਲੀਆ ਦਾ ਪਿੰਡ ਆ, ਉਹ ਫਿਰ ਅਸੀਂ ਉੱਧਰ ਵੀ ਗਏ, ਹੋਰ ਪਿੰਡਾਂ 'ਚ ਵੀ ਗਏ। ਉੱਥੇ ਗਏ ਮੈਂ, ਇੱਥੇ ਕੱਟਦਾ, ਉਹ ਬਿਲਕੁਲ ਐਂਡ 'ਤੇ ਜਿੱਧਰ ਮੜੀਆਂ ਉੱਥੇ ਇੱਕ ਛੋਟੀ ਜਿਹੀ ਸਮਾਧੀ ਆ, ਉੱਥੇ ਗਏ ਸੀ ਆਹਲੂ ਪਿੰਡ 'ਚ? ਆਹਲੂ ਪਿੰਡ 'ਚ ਨਹੀਂ, ਸਾਨੂੰ ਨਹੀਂ ਕਿਸੇ ਨੇ ਸਮਾਧੀ ਦਾ ਦੱਸਿਆ। ਪਤਾ ਕੀਤਾ ਵੀ ਕੋਈ ਹੈ ਨਿਸ਼ਾਨੀ ਆ, ਕਿਤੇ ਪਤਾ ਨਹੀਂ ਲੱਗਾ। ਗੱਲ ਇਹੀ ਸੀ ਕਿ ਜਿਵੇਂ ਮਹੀਨੇ ਦਾ ਸੋਚ ਕੇ ਆਏ ਸੀ, ਜਦੋਂ 20 ਦਿਨ ਦੀ ਯਾਤਰਾ ਰਹਿ ਜੇ ਆਲਰੇਡੀ ਤੁਹਾਡੇ 'ਤੇ ਪ੍ਰੈਸ਼ਰ ਹੋ ਜਾਂਦਾ ਕਿ ਤੁਸੀਂ 20 ਦਿਨਾਂ 'ਚ ਆਊਟਪੁੱਟ ਉਹ ਕੱਢਣੀ ਚਾਹੁੰਦੇ ਜਿਹੜੀ ਮਹੀਨੇ 'ਚ ਕੱਢਣੀ ਹੈ, ਅਤੇ ਉਹ ਮਤਲਬ ਤੀਜਾ ਹਿੱਸਾ ਟਾਈਮ ਹੀ 10 ਦਿਨ ਦਾ ਚਲਿਆ ਗਿਆ। ਸੋ ਉਸ ਕਰਕੇ ਵੀ ਪ੍ਰੈਸ਼ਰ ਸੀ, ਥੋੜ੍ਹਾ ਸਮਾਂ ਹੀ ਬਤੀਤ ਕਰ ਸਕੇ। ਪਰ ਫਿਰ ਜੇ
ਵਾਹਿਗੁਰੂ ਜੀ ਨੇ ਸਾਨੂੰ ਸਮਾਂ ਦਿੱਤਾ, ਕੋਸ਼ਿਸ਼ ਕਰਾਂਗੇ ਫਿਰ ਇਹੀ ਥੋੜ੍ਹਾ ਡਿਟੇਲ ਦੇ ਨਾਲ ਕੀਤਾ ਜਾਵੇ। ਅੱਛਾ, ਕਸੂਰ ਦੇ ਹੋਰ ਜਾਂ ਲਾਹੌਰ ਦੇ ਥੋੜ੍ਹਾ ਜਿਹਾ ਦੱਸ ਦਿਓ ਵੇਖਣ ਵਾਲਿਆਂ ਨੂੰ, ਜਿਹੜੇ ਆਉਂਦੇ ਨੇ, ਜਿਹੜੇ ਮੇਨ ਤਾਂ ਹੈ ਨਾ, ਉਸ ਤੋਂ ਹਟ ਕੇ ਜਿਵੇਂ ਜਾਮਣ ਦੀ ਗੱਲ ਕਰਦੇ ਹਾਂ ਆਪਾਂ, ਗੁਰਦੁਆਰਾ ਸਾਹਿਬ ਜਾਮਣ ਦੀ, ਉਹਦੇ ਨਾਲ ਹਡਿਆਰਾ, ਉੱਥੇ ਕਿਹੜੇ ਕਿਹੜੇ ਤੁਸੀਂ ਪਡਿਆਣਾ ਕਿੱਥੇ ਕਿੱਥੇ? ਹਡਿਆਰਾ, ਪਡਿਆਣਾ, ਪਡਿਆਣੇ ਦੇ ਲਾਗੇ ਝੱਲੀਆਂ, ਫਿਰ ਜਿਹੜਾ ਤੁਸੀਂ ਇਹੀ ਆਪਣਾ ਜਾਹਮਨ ਦਾ ਨਾਂ ਲਿਆ ਹੈ, ਫਿਰ ਜੇ ਤੁਸੀਂ ਇੱਥੇ ਲਾਗੇ ਹੀ ਆਪਾਂ ਗੱਲ ਸ਼ੁਰੂ ਕਰ ਲਈਏ, ਉਹ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਵਾ, ਪਰ ਮੈਨੂੰ ਹੁਣ ਯਾਦ ਨਹੀਂ ਆ ਰਿਹਾ ਸਰੋਵਰ ਆ ਅਤੇ ਉੱਥੇ ਪਿੰਡਾਂ ਦੇ ਨਾਂ ਗਏ ਭੁੱਲ ਹੁਣ, ਕਿਉਂਕਿ ਅੱਜ ਫਰੈਸ਼ ਮੂਡ 'ਚ। ਅੱਛਾ, ਚਲੋ ਉਹ ਚੀਦਾ ਚੀਦਾ ਦੱਸ ਦਿਓ ਨਾ, ਠਹਿਰ ਜਾਓ, ਕਾਫੀ ਕੰਮ ਆਊਗੀ। ਸੋ ਆਪਾਂ ਜਦੋਂ ਇੱਧਰੋਂ ਚੱਲੇ ਸੀ ਤੇ ਭਾਈ ਫੇਰੂ ਗਏ ਹਾਂ ਜੀ, ਜਿਹੜਾ ਭਾਈ ਫੇਰੂ ਹੁਣ ਉਹਦਾ ਨਾਂ ਹੈ ਫੂਲਪੁਰ, ਫੂਲ ਨਗਰ ਤੇ ਉੱਥੇ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਹੈ, ਪਰ ਉਹ ਬਹੁਤ ਇਸ ਵੇਲੇ ਡਿੱਗਣ ਦਿਆ ਹੈ, ਤੇ ਜਦੋਂ ਉੱਥੇ ਲੋਕਲ ਸਾਨੂੰ ਵੀਰ ਮਿਲੇ ਉਹਨਾਂ ਨੇ ਇਨਫੋਰਮੇਸ਼ਨ ਵੀ ਦਿੱਤੀ ਵੀ ਕੋਸ਼ਿਸ਼ ਉਹਨਾਂ ਦੀ ਚੱਲ ਰਹੀ ਹੈ ਕਿ ਇਸ ਨੂੰ ਦੁਬਾਰਾ ਤੋਂ ਰੀਕੰਸਟਰਕਟ ਕੀਤਾ ਜਾਵੇ, ਬਚਾਇਆ ਜਾਵੇ। ਫੂਲ ਨਗਰ ਤੋਂ ਅੱਗੇ ਜਾਹਮਨ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਥਾਨ ਹੈ, ਨਾਲ ਹੀ ਉੱਥੋਂ ਭਾਈ ਸੁਬੇਗ ਸਿੰਘ ਸਾਹਿਬਾਜ ਸਿੰਘ ਜੀ ਦਾ ਉਹ ਪਿੰਡ ਹੈ। ਸੋ ਉਹ ਵੀ ਇੱਕ ਆਪਣੇ ਆਪ 'ਚ, ਹਾਂਜੀ, ਅਸੀਂ ਜੇ ਤੋਂ ਪੜ੍ਹਦੇ ਹਾਂ ਉਹ ਸਪੈਲਿੰਗ ਇੱਥੇ ਇੱਕ ਚੀਜ਼ ਇਹ ਵੀ ਬੜੀ ਵੇਖਣ 'ਚ ਆਈ ਹੈ ਕਿ ਜਦੋਂ ਇੰਗਲਿਸ਼ 'ਚ ਅਸੀਂ ਨਾਂ ਪੜ੍ਹਦੇ ਹਾਂ, ਕਿਉਂਕਿ ਇੱਥੋਂ ਦੀ ਲੋਕਲ ਆਪਾਂ ਨੂੰ ਉਰਦੂ 'ਚ ਪੜ੍ਹਨਾ ਨਹੀਂ ਹੁੰਦਾ ਜਾਂ ਸ਼ਾਹਮੁਖੀ, ਅਤੇ ਅਸੀਂ ਇੰਗਲਿਸ਼ 'ਚ ਪੜ੍ਹਦੇ ਹਾਂ ਅਤੇ ਉਹਦੀ ਪ੍ਰੋਨਾਉਂਸੀਏਸ਼ਨ ਬਹੁਤ ਡਿਫਰੈਂਟ ਹੁੰਦੀ ਹੈ। ਸੋ ਝੰਬਰ ਪਿੰਡ ਜਿਹੜਾ ਹੈ ਉਹ ਭਾਈ ਸੁਬੇਗ ਸਿੰਘ ਸਾਹਿਬਾਜ ਸਿੰਘ ਜੀ ਦਾ ਵੀ ਪਿੰਡ ਹੈ। ਸੋ ਆਪਣੇ ਆਪ 'ਚ ਇੱਕ ਅਚੀਵਮੈਂਟ ਲੱਗਦੀ ਹੈ ਕਿ ਅਸੀਂ ਉਹਨਾਂ ਪਿੰਡਾਂ 'ਚ ਜਾ ਆਏ ਜਿਨ੍ਹਾਂ ਬਾਰੇ ਅਸੀਂ ਲੰਮੇ ਸਮੇਂ ਤੋਂ ਪਹਿਲਾਂ ਪੜ੍ਹਦੇ ਹੁੰਦੇ ਸੀ। ਝੰਬਰ ਤੋਂ ਅੱਗੇ ਗਏ ਸੀ ਅਸੀਂ ਬਹਿੜਵਾਲ, ਬਹਿੜਵਾਲ ਜਿਹੜਾ ਵਾ ਉੱਥੇ ਵੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਗੁਰਦੁਆਰਾ ਸਾਹਿਬ ਹੈ, ਨਾਲ ਹੀ ਫਿਰ ਉੱਥੇ ਬਹਿੜਵਾਲ ਜਿਹੜੀ ਹੈ ਨਕਈ ਮਿਸਲ ਜਿਹੜੀ ਹੈ 12 ਮਿਸਲਾਂ 'ਚੋਂ ਉਹਦਾ ਮੁੱਢ ਵੀ ਉਹ ਬਹਿੜਵਾਲ ਤੋਂ ਹੀ ਵੱਜਦਾ, ਬਹਿੜਵਾਲ ਪਿੰਡ ਤੋਂ। ਠੀਕ ਹੈ, ਉੱਥੋਂ ਫਿਰ ਅਸੀਂ ਉੱਧਰ ਨੂੰ ਗਏ ਸੀ ਜੀ, ਕੰਗਨਪੁਰ ਗਏ ਹਾਂ, ਮਾਣਕ ਦੇ ਕੇ ਗਏ ਹਾਂ, ਜਿੱਥੇ ਹਾਂਜੀ ਜਿੱਥੇ ਉਹ ਗੁਰੂ ਸਾਹਿਬ ਨੇ ਕਿਹਾ ਸੀ ਮਾੜੇ ਲੋਕਾਂ ਨੂੰ ਕਿਹਾ ਤੁਸੀਂ ਵੱਸਦੇ ਰਹੋ, ਚੰਗਿਆਂ ਨੂੰ ਕਿਹਾ ਤੁਸੀਂ ਉੱਜੜ ਜਾਓ, ਉਹ ਕੰਗਨਪੁਰ ਪਿੰਡ ਗਏ ਹਾਂ। ਉੱਥੋਂ ਫਿਰ ਅਸੀਂ ਵਾਪਸ ਆ ਗਏ ਸੀ ਲਾਹੌਰ। ਸੋ ਸਫ਼ਰ ਕਾਫੀ ਪੈਂਦਾ ਹੈ, ਵਿੱਚੋਂ ਰਸਤੇ ਕਿਤੇ ਖਰਾਬ ਹੁੰਦੇ ਆ, ਪਿੰਡਾਂ 'ਚ ਪੁੱਛਣਾ, ਲੋਕਾਂ ਭੈਣ ਭਰਾਵਾਂ ਨੂੰ ਮਿਲਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ, ਜਿੱਥੇ ਖਲੋਜੀ ਦਾ ਰਸਤਾ ਪੁੱਛਣ ਵਾਸਤੇ ਉੱਥੇ ਚਾਹ ਔਫਰ ਹੋ ਜਾਂਦੀ ਹੈ, ਚਾਹ ਪੀ ਕੇ ਜਾਣਾ, ਜੇ ਜੇ ਕਮ ਸੇ ਕਮ ਚਾਹ ਨਹੀਂ ਪੀਣੀ ਤੇ ਸਰਦਾਰ ਜੀ ਦੋ ਗੱਲਾਂ ਤੇ ਕਰਕੇ ਜਾਓ ਨਾ, ਤੇ ਉਹ ਕੀ ਹੁੰਦਾ ਫਿਰ ਉਹ ਖਲੋਈ ਦਾ ਵਾ ਕੋਈ ਦੋ ਗੱਲਾਂ ਵੀ ਕਰਨੀਆਂ ਹੁੰਦੀਆਂ, ਫਿਰ ਉਹ ਦੋ ਗੱਲਾਂ ਦੇ ਵਿੱਚੋਂ ਫਿਰ ਜਿਹੜੀ ਮੇਨ ਗੱਲ ਨਿਕਲਦੀ ਹੈ ਵੀ ਅਸੀਂ ਇਸ ਪਿੰਡੋਂ ਆਏ ਸੀ, ਉੱਥੋਂ ਫਿਰ ਗੱਲ ਤੇ ਬਹੁਤ ਲੰਮੀ ਤੁਰ ਪੈਂਦੀ ਹੈ, ਕਿਉਂਕਿ ਉਹ ਜਿਹੜਾ 70 ਸਾਲਾਂ ਦਾ ਹਿਰਦੇ 'ਚ ਸਾਂਭ ਕੇ ਰੱਖਿਆ ਹੁੰਦਾ ਦੁੱਖ, ਬਜ਼ੁਰਗ ਜਾ ਚੁੱਕੇ ਦੁਨੀਆਂ 'ਚੋਂ ਬਹੁਤੇ, ਅਤੇ ਜਿਹੜੇ ਪੁੱਤ ਪੋਤਰੇ ਉਹ ਵੀ ਇਸ ਗੱਲ ਨੂੰ ਅਜੇ ਸਾਂਭ ਕੇ ਬੈਠੇ ਆ ਕਿ ਅਸੀਂ ਉੱਥੋਂ ਆਏ ਸੀ ਅਤੇ ਉਹ ਪਿੱਛੇ ਦਾ ਸੋਚਦੇ ਰਹਿੰਦੇ ਉੱਧਰ। ਸੋ ਕੰਗਨਪੁਰ ਤੋਂ ਬਾਅਦ 'ਚ ਅਸੀਂ ਦੀਪਾਲਪੁਰ ਗਏ ਸੀਗੇ, ਦੀਪਾਲਪੁਰ ਬਹੁਤ ਇੱਕ ਫੇਮਸ ਸਾਖੀ ਹੈ ਜਿਹੜੀ ਬਹੁਤੇ ਸਿੱਖਾਂ ਨੇ ਸੁਣੀ ਹੁੰਦੀ ਹੈ ਕਿ ਇੱਕ ਕੋੜੀ ਸੀਗਾ ਅਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਕੋੜੀ ਨੂੰ ਠੀਕ ਕੀਤਾ ਸੀ, ਔਰ ਉੱਥੇ ਗੁਰਬਾਣੀ ਵੀ ਰਚੀ ਸੀ, ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪੇ ਬਹੁਤ ਬੇਕਾਰ, ਅਤੇ ਉੱਥੋਂ ਫਿਰ ਲਾਗੇ ਬੋਮਨ ਸ਼ਾਹ ਜੀ ਦਾ ਵੀ ਸਥਾਨ ਹੈਗਾ, ਪਰ ਉੱਥੋਂ ਅਸੀਂ ਇੱਥੋਂ ਗਏ ਸੀਗੇ ਰਾਤ ਨੂੰ, ਇੱਥੋਂ ਵੀ ਲੇਟ ਹੋ ਗਿਆ ਸੀ ਵੇਲਾ, ਫਿਰ ਸਾਨੂੰ ਅੱਗੇ ਜਾਣਾ ਪਿਆ। ਅੱਛਾ, ਉਹਨਾਂ ਦੇ ਫੋਲੋਅਰ ਜਾਂਦੇ ਹਰਿਆਣਾ ਬੈਠੇ ਜ਼ਿਆਦਾ ਨਾ, ਜਿਹੜੀ ਇੱਥੋਂ ਉਹਨਾਂ ਨੇ ਬਣਾ ਜਾ ਕੇ ਉੱਥੇ ਬਣਾਈ ਆਪਣਾ ਆਸ਼ਰਮ ਜਿਹਨੂੰ ਕਹਿੰਦੇ ਆ, ਉਹ ਮੈਨੂੰ ਪਤਾ ਨਹੀਂ ਵੀ ਹਰਿਆਣੇ ਦੇ ਵਿੱਚ ਕਿੱਥੇ ਹੈ, ਕਿਹੜੇ ਸ਼ਹਿਰ 'ਚ, ਪਤਾ ਕੁਛ? ਨਹੀਂ, ਮੈਨੂੰ, ਮੈਂ ਅਗਲੇ ਦਿਨ ਗਿਆ ਸਾਂ ਉੱਥੇ ਘੁੰਮਣ ਸ਼ਾਹ, ਅਤੇ ਮੈਂ ਇੱਕ ਉਹ ਕਲਿੱਪ ਸ਼ੋਟ ਲਾਇਆ ਸੀ, ਅਤੇ ਮੈਨੂੰ ਉੱਥੋਂ ਦੇ ਉਹ ਉਹਨਾਂ ਦੇ ਜਿਹੜੇ ਸਾਡੇ ਗੱਦੀ ਨਸ਼ੀਨ ਕਹਿੰਦੇ ਨੇ ਉਹ ਆਸ਼ਰਮ ਦੇ ਜਿਹੜੇ ਹਾਂਜੀ ਹੋਣਗੇ, ਉਹਨਾਂ ਦਾ ਮੈਨੂੰ ਮੈਸੇਜ ਆਇਆ ਵੀ ਸਾਨੂੰ ਕੋਈ ਵੀਡੀਓਜ਼ ਵਗੈਰਾ ਹੋਰ ਦਿਓ। ਠੀਕ ਹੈ, ਅਤੇ ਉਹ ਅੰਦਰ ਦੱਸਿਆ ਸੀ ਵੀ ਹਰਿਆਣਾ ਵਾਲੀ ਸਾਈਡ 'ਤੇ, ਹਰਿਆਣੇ ਵਾਲੀ ਅਸੀਂ ਖੋਜ, ਇਹ ਯਾਤਰਾ ਮੇਰੀ ਅਚਾਨਕ ਪਲੈਨ ਹੋਣ ਕਰਕੇ ਮੈਂ ਵੀ ਬਹੁਤ ਸਾਰਾ ਖੋਜ ਨਹੀਂ ਸੀ ਪਾਇਆ, ਅਤੇ ਆਣ ਕੇ ਮੈਨੂੰ ਇਹੀ ਸੀ ਕਿ ਮੈਂ ਕਮ ਸੇ ਕਮ ਇੱਕ ਸ਼ੋਟ ਦਰਸ਼ਨ ਕਰ ਲਵਾਂ, ਅਗਲੀ ਵਾਰ ਕੋਸ਼ਿਸ਼ ਕਰਾਂਗੇ ਥੋੜ੍ਹਾ ਹੋਰ ਇਤਿਹਾਸ ਵੀ ਖੋਜ ਕੇ ਆਈਏ, ਅਤੇ ਫਿਰ ਡਿਟੇਲ ਦੇ ਵਿੱਚ ਇਤਿਹਾਸ ਦੀ ਵੀ ਸਾਂਝ ਪਾਈ ਜਾਵੇ। ਬਾਕੀ ਫਿਰ ਉਹ ਤੋਂ ਬਾਅਦ 'ਚ ਆ ਜਾਂਦੇ ਜੀ ਬਾਬਾ ਫਰੀਦ ਜੀ ਪਾਕਪਟਨ, ਉਹਨਾਂ ਦੇ ਨਾਂ 'ਤੇ ਹੀ ਵੱਸਦਾ ਹੈ ਜੀ, ਅਤੇ ਉੱਥੇ ਵੀ ਇੱਕ ਮਾਣ ਵਾਲੀ ਗੱਲ ਹੈ ਕਿ ਸਾਨੂੰ ਮੌਕਾ ਮਿਲਿਆ ਕਿ ਅਸੀਂ ਬਾਬਾ ਫਰੀਦ ਜੀ ਦੇ ਸਥਾਨ 'ਤੇ ਉਹਨਾਂ ਦੇ ਦਰਗਾਹ ਦੇ ਉੱਥੇ ਜਾ ਕੇ ਆਏ ਹਾਂ, ਤੇ ਅਸੀਂ ਇੱਕ ਹੋਰ ਉੱਥੇ ਲਾਗੇ ਪਿੰਡ ਆ ਪਾਕਪਤਨ ਦੇ ਨਾ ਬਾਬਾ ਜੀ ਦੇ, ਛੋਟਾ ਨਾਨਕਿਆਣਾ ਹਾਂਜੀ, ਨਾਨਕਸਰ, ਛੋਟਾ ਨਾਨਕਸਰ ਗੁਰਦੁਆਰਾ ਸਾਹਿਬ, ਟਿੱਬਾ ਨਾਨਕਸਰ, ਟਿੱਬਾ ਨਾਨਕਸਰ ਉੱਚੀ ਜਗ੍ਹਾ ਤੇ, ਹਾਂ,
ਉਹ ਗੁਰਦੁਆਰਾ ਸਾਹਿਬ ਬਹੁਤ ਵਧੀਆ ਉੱਥੇ ਵੀਰ ਲਾਗੇ ਗੁਆਂਢ 'ਚ ਰਹਿੰਦੇ ਆ ਜਿਹੜੇ ਉਹਦੀ ਦੇਖਭਾਲ ਕਰਦੇ ਉਹਨਾਂ ਨੂੰ ਮਿਲੇ ਆ ਉਹ ਬਹੁਤ ਸਾਫ਼ ਸਫਾਈ ਸੀ ਬੜਾ ਦੇਖਭਾਲ ਕਰਦੇ ਉਹ ਗੁਰਦੁਆਰਾ ਸਾਹਿਬ ਦੀ ਔਰ ਇਕੱਲਾ ਉਹ ਹੀ ਨਹੀਂ ਉੱਥੋਂ ਫਿਰ ਅੱਗੇ ਇੱਕ 1EB ਚੱਕ ਦੇ ਵਿੱਚ ਵੀ ਇੱਕ ਗੁਰਦੁਆਰਾ ਸਾਹਿਬ ਉਹ ਵੀ ਪਹਿਲੇ ਪਾਤਸ਼ਾਹ ਜੀ ਦਾ ਉਹ ਵੀ ਘਰ ਹੁਣ ਦੋ ਹਿੱਸਿਆਂ 'ਚ ਹੋ ਗਿਆ ਵੰਡਿਆ ਗਿਆ ਅਤੇ ਘਰ ਦੇ ਵਿੱਚ ਹੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਉਹ ਵੀ ਦਰਸ਼ਨ ਕਰਨ ਨੂੰ ਮਿਲਿਆ ਫਿਰ ਅਸੀਂ ਉੱਚ ਸ਼ਰੀਫ ਵੀ ਮਹਾਰਾਜ ਸਾਨੂੰ ਲੈ ਕੇ ਗਏ ਉੱਚ ਸ਼ਰੀਫ ਤੋਂ ਮੁੜ ਕੇ ਮੁਲਤਾਨ ਕਿਉਂਕਿ ਮੁਲਤਾਨ ਉੱਚ ਸ਼ਰੀਫ ਜਿਹੜਾ ਹੈ ਉੱਥੇ ਕਿਉਂਕਿ ਉੱਚ ਦੇ ਪੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਣੇ ਹਨ ਉੱਥੋਂ ਉੱਚ ਸ਼ਰੀਫ ਦਾ ਜਿਹੜਾ ਨਾਂ ਨਾ ਉਹ ਸਿੱਖਾਂ ਦੀ ਨੋਨ ਦੇ ਵਿੱਚ ਆ ਜਾਂਦਾ ਹੈ ਅਤੇ ਉੱਚ ਸ਼ਰੀਫ ਜਿਹੜੇ ਉੱਥੇ ਦਰਗਾਹ ਬਣੀ ਹੈ ਉਹਦੇ ਲਾਗੇ ਹੀ ਉਹ ਪਰਿਵਾਰ ਚੱਲੇ ਆਉਂਦੇ ਹਨ ਜਿਨ੍ਹਾਂ ਕੋਲ ਪਹਿਲੇ ਪਾਤਸ਼ਾਹ ਦੀਆਂ ਕੁਛ ਯਾਦਾਂ ਪਈਆਂ ਹਨ ਉਹਨਾਂ ਦੇ ਵਿੱਚ ਖੜਾਵਾਂ ਹਨ ਪੱਥਰ ਦੇ ਬਣੇ ਹੋਏ ਕੜੇ ਹਨ ਅਤੇ ਉਹਨਾਂ ਕੋਲ ਹੋਰ ਵੀ ਵਸਤਾਂ ਹਨ ਪਰ ਇੱਕ ਮੇਨ ਹੈ ਇੱਦਾਂ ਜਿਵੇਂ ਭਾਂਡਾ ਹੁੰਦਾ ਲੱਕੜ ਦਾ ਬਣਿਆ ਨਾ ਬਾਊਲ ਜਿਹਾ ਵੀ ਜਿਹਦੇ ਵਿੱਚ ਉਹਨਾਂ ਦਾ ਦੱਸਣਾ ਹੈ ਕਿ ਗੁਰੂ ਸਾਹਿਬ ਖਾਣਾ ਖਾਧਾ ਉਹਨਾਂ ਨੇ ਛਕਿਆ ਉਹ ਚੀਜ਼ਾਂ ਵੇਖ ਕੇ ਅਸੀਂ ਵੇਖ ਕੇ ਆਏ ਹਾਂ ਜੀ ਉਹ ਫਿਰ ਉੱਥੋਂ ਕਰਦੇ ਮਤਲਬ ਵੀ ਤੁਸੀਂ ਗਏ ਹੋ ਆਪ ਫੈਸਿਲਿਟੇਟ ਕਰਦੇ ਵਿਖਾਉਂਦੇ ਜਿਹੜੇ ਉੱਥੇ ਹਾਂਜੀ ਉਹਨਾਂ ਨਾਲ ਕਮਿਊਨੀਕੇਸ਼ਨ ਹੋ ਗਈ ਸੀ ਪਹਿਲਾਂ ਅਤੇ ਉਹਨਾਂ ਨੇ ਬਕਾਇਦਾ ਰੋਡ 'ਤੇ ਬੰਦਾ ਭੇਜ ਦਿੱਤਾ ਸਾਨੂੰ ਲੈ ਕੇ ਆਉਣ ਵਾਸਤੇ ਗਿਆਨ ਨੂੰ ਜਿਉਂ ਐਂ ਵੀ ਕਿਹਾ ਅਤੇ ਦਿਖਾਇਆ ਵੀ ਸਾਰਾ ਕੁਛ ਅਤੇ ਜਿਹੜਾ ਉੱਚ ਦੇ ਪੀਰ ਤੋਂ ਬਾਅਦ 'ਚ ਫਿਰ ਮੁਲਤਾਨ ਸ਼ਹਿਰ ਆ ਜਦੋਂ ਮੈਂ 4 ਸਾਲ ਪਹਿਲਾਂ ਇੱਥੇ ਆਇਆ ਸੀ ਨਾ ਉਦੋਂ ਮੁਲਤਾਨ ਅਤੇ ਕਸੂਰ ਮੈਂ ਜ਼ਰੂਰ ਜਾਣਾ ਚਾਹੁੰਦਾ ਸੀ ਸ਼ਹਿਰ ਤਾਂ ਸ਼ਹਿਰਾਂ ਵਰਗੇ ਆ ਚਾਹੇ ਲੈਂਦੇ ਦੇ ਹੁਣ ਅਤੇ ਚਾਹੇ ਚੜ੍ਹਦੇ ਦੇ ਹੁਣ ਪਰ ਇੱਕ ਮਨ 'ਚ ਇੱਛਾ ਸੀਗੀ ਜਿਵੇਂ ਲਾਹੌਰ 'ਚ ਕਰੀ ਜਾਂ ਨਨਕਾਣਾ ਸਾਹਿਬ ਇੱਦਾਂ ਇੱਛਾ ਸੀ ਕਿ ਕਸੂਰ ਸ਼ਹਿਰ ਇੱਕ ਵਾਰੀ ਜ਼ਰੂਰ ਜਾ ਕੇ ਆਉਣਾ ਇੱਕ ਵਾਰੀ ਮੁਲਤਾਨ ਔਰ ਇਹ ਮੇਰੀਆਂ ਇੱਛਾਵਾਂ 4 ਸਾਲ ਪਹਿਲਾਂ ਨਹੀਂ ਸੀ ਫੁਲਫਿਲ ਹੋਈਆਂ ਸੋ ਇਸ ਵਾਰ ਅਸੀਂ ਜਦੋਂ ਹੁਣ ਮੁਲਤਾਨ ਵੀ ਜਾ ਕੇ ਆਏ ਭਾਵੇਂ ਸ਼ੋਰਟ ਪੀਰੀਅਡ ਸੀਗਾ ਮੁਲਤਾਨ ਦੇ ਵਿੱਚ ਵੀ ਗੁਰੂ ਨਾਨਕ ਦੇਵ ਸਾਹਿਬ ਗਏ ਹਨ ਹੁਣ ਨਿਸ਼ਾਨੀਆਂ ਤਾਂ ਨਹੀਂ ਸਾਨੂੰ ਮਿਲੀਆਂ ਪਰ ਮੁਲਤਾਨ ਦਾ ਕਿਲ੍ਹਾ ਉਹਦਾ ਵੀ ਇਤਿਹਾਸ ਦੇ ਨਾਲ ਬਹੁਤ ਕਲੋਜ਼ ਹੈ ਜ਼ਮਜ਼ਮਾ ਤੋਪ ਜਿਹੜੀ ਤੁਹਾਡੇ ਇੱਥੇ ਪਈ ਹੋਈ ਹੈ ਲਾਹੌਰ ਇਹ ਮੁਲਤਾਨ ਹੀ ਚੱਲੀ ਸੀ ਜਦੋਂ ਮੋਢਾ ਦਿੰਦੇ ਸੀ ਸਿੱਖ ਪਹੀਆ ਲੱਥ ਗਿਆ ਸੀ ਅਤੇ ਮੁਲਤਾਨ ਦੇ ਵਿੱਚ ਆਪਾਂ ਗੁਰਬਾਣੀ 'ਚ ਪੰਕਤੀ ਇੱਕ ਪੜ੍ਹਦੇ ਹਾਂ ਜੀ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਉਹ ਪ੍ਰਹਿਲਾਦ ਜੀ ਦਾ ਮੰਦਰ ਉੱਥੇ ਬਣਿਆ ਹੋਇਆ ਹਾਂਜੀ ਜਿੱਥੇ ਉਹਦਾ ਪਿਤਾ ਨੇ ਆਪਣੇ ਪੁੱਤਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਉਹਨਾਂ ਨੂੰ ਪਰਮੇਸ਼ਰ ਨੇ ਰੱਬ ਨੇ ਆਪ ਪ੍ਰਗਟ ਹੋ ਕੇ ਬਚਾਇਆ ਸੀ ਸੋ ਉਹ ਉਸ ਜਗ੍ਹਾ ਵੀ ਗਏ ਉੱਥੇ ਵੀ ਗਏ ਉਹ ਹੁਣ ਤਾਂ ਸੀਲਡ ਆਲੇ ਦੁਆਲਿਓ ਚਲੋ ਬਾਹਰੋਂ ਜਿੰਨਾ ਕੁ ਅਸੀਂ ਜਾ ਸਕਦੇ ਸੀ ਪਰ ਇੰਨਾ ਹੀ ਬੜਾ ਕਿ ਇੱਥੇ ਵੱਸ ਗਿਆ ਕਿ ਕਿਹੜੀ ਲੋਕੇਸ਼ਨ ਸੀ ਐਗਜੈਕਟ ਜਿੱਥੇ ਚੀਜ਼ਾਂ ਹੈਪਨ ਹੋਈਆਂ ਸੋ ਮੁਲਤਾਨ ਤੋਂ ਬਾਅਦ 'ਚ ਜਿਵੇਂ ਆਪਾਂ ਅੱਗੇ ਗੱਲ ਕਰ ਰਹੇ ਹਾਂ ਹੜੱਪਾ ਪੁਰਾਣੀ ਸੱਭਿਅਤਾ ਉੱਥੇ ਲਾਗੇ ਹੀ ਗੁਰਦੁਆਰਾ ਸਾਹਿਬ ਹੈ ਪਹਿਲੇ ਪਾਤਸ਼ਾਹ ਜੀ ਦਾ ਸਕੂਲ ਦੇ ਵਿੱਚ ਬਣਿਆ ਹੋਇਆ ਸਕੂਲ 'ਚ ਵੀ ਬੜੀ ਖੂਬਸੂਰਤ ਇਮਾਰਤ ਵੀ ਬੜੀ ਖੂਬਸੂਰਤ ਹੈ ਲਾਗੇ ਸਰਾਵਾਂ ਸਰੋਵਰ ਵੀ ਬੜਾ ਖੂਬਸੂਰਤ ਹੈ ਅਤੇ ਉਹ ਜਿਹੜੇ ਸਾਨੂੰ ਪ੍ਰਿੰਸੀਪਲ ਸਾਹਿਬ ਟੀਚਰ ਮਿਲੇ ਉਹ ਵੀ ਬੜੇ ਖੂਬਸੂਰਤ ਸੀਗੇ ਉਹਨਾਂ ਨੇ ਸਕੂਲ ਦੀ ਛੁੱਟੀ ਹੋ ਗਈ ਫਿਰ ਵੀ ਸਾਡੇ ਨਾਲ ਰੁਕੇ ਪੂਰਾ ਟਾਈਮ ਸਾਂਝ ਪਾਉਂਦੇ ਰਹੇ ਸਾਰਾ ਸਾਨੂੰ ਚੰਗੀ ਤਰ੍ਹਾਂ ਦਿਖਾਇਆ ਅਤੇ ਸਾਡੇ ਆਉਣ ਦੇ ਉੱਤੇ ਉਹਨਾਂ ਨੇ ਰੀਅਲ ਖੁਸ਼ੀ ਵੀ ਉਹਨਾਂ ਦੇ ਮਹਿਸੂਸ ਹੋਈ ਵੀ ਆਏ ਆ ਅਤੇ ਅਸੀਂ ਚੰਗੀ ਤਰ੍ਹਾਂ ਉੱਥੋਂ ਦਰਸ਼ਨ ਕਰਕੇ ਫਿਰ ਅੱਗੇ ਅਸੀਂ ਮਖਦੂਮਪੁਰਾ ਗਏ ਸੀ ਜੀ ਸੱਜਣ ਠੱਗ ਜੀ ਵਾਲੇ ਸੱਜਣ ਠੱਗ ਵਾਲੇ ਉੱਥੇ ਹਾਂਜੀ ਅਤੇ ਉਹ ਅਸੀਂ ਕਹਿ ਤਾਂ ਸੱਜਣ ਠੱਗ ਹੀ ਦਿੰਦੇ ਹਾਂ ਵੈਸੇ ਤਾਂ ਉਹ ਸੱਜਣ ਸੀ ਗੁਰੂ ਸਾਹਿਬ ਦਾ ਸੋ ਅਸੀਂ ਸਿੱਖਾਂ ਦੀ ਜ਼ਬਾਨ 'ਤੇ ਚੜਿਆ ਹੋਇਆ ਕਿ ਅਸੀਂ ਸੱਜਣ ਠੱਗ ਹੀ ਕਹਿ ਦਿੰਦੇ ਹਾਂ ਪਰ ਅਸਲ ਦੇ ਵਿੱਚ ਤਾਂ ਪਹਿਲਾਂ ਸੱਜਣ ਠੱਗ ਸੀਗੇ ਬਾਅਦ 'ਚ ਤਾਂ ਉਹ ਸੱਚੀ ਸੱਜਣ ਬਣ ਗਏ ਸੀਗੇ ਅਤੇ ਉਹ ਗੁਰਦੁਆਰਾ ਸਾਹਿਬ ਦਾ ਵੀ ਇੱਕ ਵੱਖਰਾ ਵਾਕਿਆ ਹੈ ਸ਼ਾਮ ਨੂੰ ਪਹੁੰਚੇ ਹਾਂ ਸਕੂਲ ਦੇ ਵਿੱਚ ਹੈ ਸਕੂਲ ਬੰਦ ਪਿਆ ਹੈ ਚਾਬੀ ਲੱਭਣ ਵਾਸਤੇ ਸ਼ੁਰੂ ਹੁੰਦੀ ਹੈ ਮੁਹਿੰਮ ਉੱਥੋਂ ਕੋਈ ਬੱਚੀਆਂ ਜਾ ਰਹੀਆਂ 3-4 ਉਹਨਾਂ ਨੇ ਸਾਡੇ ਨਾਲ ਭੈਣ ਜੀ ਹੀ ਪੁਰਵਾ ਉਹਨਾਂ ਨੂੰ ਦੇਖ ਕੇ ਬੱਚੀਆਂ ਵੀ ਆ ਗਈਆਂ ਬੱਚੀਆਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਨੰਬਰ ਨਹੀਂ ਲੱਭੇ ਉਹ ਪਿੰਡ ਦੇ ਲੜਕੇ ਵੀ ਆ ਗਏ ਸਾਨੂੰ ਵੇਖ ਕੇ ਪਰ ਉਹਨਾਂ 'ਚੋਂ ਕਿਸੇ ਨੇ ਮਦਦ ਨਹੀਂ ਕੀਤੀ ਉਹ ਲੜਕੀਆਂ ਬੜੀਆਂ ਐਕਟਿਵ ਹੋ ਕੇ ਕੋਸ਼ਿਸ਼ ਕੀਤੀ ਫਿਰ ਸਾਡੇ ਨਾਲ ਉਹ ਗੱਡੀ 'ਚ ਬੈਠ ਕੇ ਗਈਆਂ ਵੀ ਪਿੰਡ 'ਚੋਂ ਘਰ 'ਚੋਂ ਲਿਆਉਂਦੇ ਆਪਾਂ ਟੀਚਰ ਸਾਹਿਬ ਨੂੰ ਲੱਭ ਕੇ ਫਿਰ ਵੀ ਨਹੀਂ ਗੱਲ ਬਣੀ ਫਿਰ ਅਸੀਂ ਵਾਪਸ ਆ ਗਏ ਫਿਰ ਉੱਥੋਂ ਪੁਲਿਸ ਵਾਲੇ ਵੀਰ ਸੀ ਲਾਗੇ ਥਾਣੇ ਤੋਂ ਉਹ ਆ ਗਏ ਉਹਨਾਂ ਨੇ ਮਦਦ ਕੀਤੀ ਫੋਨ ਫਾਨ ਲਾਏ ਇਵੈਂਚੁਅਲੀ ਸਾਨੂੰ ਚਾਬੀ ਮਿਲ ਗਈ ਤੇ ਲੱਭ ਗਈ ਤੇ ਫਿਰ ਅੰਦਰ ਜਾ ਕੇ ਵੇਖਿਆ ਔਰ ਉੱਥੇ ਫਿਰ ਮੇਰੇ ਵੀ ਜ਼ਿਹਨ 'ਚ ਨਿਕਲ ਗਿਆ ਮੇਰੇ ਕੋਲ ਉਹਨਾਂ ਦਾ ਪ੍ਰਿੰਸੀਪਲ ਸਾਹਿਬ ਦਾ ਨੰਬਰ ਹੈਗਾ ਕਿਉਂ ਤੁਸੀਂ ਤੁਹਾਨੂੰ ਜਾਣ ਤੋਂ ਪਹਿਲਾਂ ਮੈਂ ਕਾਲ ਕਰਨਾ ਮੈਂ ਵੀ ਉਦੋਂ ਟਰੈਵਲ ਕਰਨਾ ਜਦੋਂ ਤੁਹਾਡੀ ਮੇਰੀ ਗੱਲ ਹੋਣ ਡੀ ਹਾਂਜੀ ਹਾਂਜੀ ਤੇ ਉਹਨਾਂ ਨੂੰ ਮੈਂ ਪਹਿਲਾਂ ਦੱਸਦਾ ਮੇਰੇ ਕੋਲ ਨੰਬਰ ਉਹਨਾਂ ਦਾ ਹੈਗਾ
ਔਰ ਜਦੋਂ ਉਹਨਾਂ ਨੇ ਤੁਹਾਡਾ ਵੀ ਨਾਂ ਲਿਆ ਸੀਗਾ, ਉਹਨਾਂ ਨੇ ਨਾਂ ਲਿਆ ਸੀ ਦੇਵਾ ਸਿਕੰਦਰ ਭਾਜੀ ਦਾ ਵੀ, ਤੇ ਮੈਂ ਸੋਚਿਆ ਵੀ ਜੇ ਮੈਨੂੰ ਇੱਕ ਜਣੇ ਨਾਲ ਵੀ ਗੱਲ ਹੋ ਜਾਂਦੀ ਤੇ ਮੈਨੂੰ ਨੰਬਰ ਮਿਲ ਜਾਂਦਾ, ਮੈਨੂੰ ਵੀ ਸੌਖ ਰਹਿਣੀ। ਪਰ ਹਰ ਅਲੱਗ ਚੀਜ਼ ਜਿਹੜੀ ਉਹ ਅਲੱਗ ਹੀ ਹੋਵੇ ਥੋੜੀ ਜਿਹੀ, ਤੇ ਨਾਲੇ ਤੇ ਜਿਹਨ ਚ ਵਸ ਜਾਂਦੀ ਹੈ, ਨਾਲੇ ਉਹਦਾ ਇੱਕ ਵੱਖਰਾ ਟੇਸਟ ਹੁੰਦਾ ਕਿ ਚਾਬੀ ਲੱਭਣ ਚ ਜਦੋਂ ਜਹਿਦ ਕੀਤੀ। ਜਦੋਂ ਮਰਜ਼ੀ ਸੁਣਾ ਸਕਦੇ ਹਾਂ, ਉਹਨਾਂ ਕੋਲ ਵੀ ਬੈਠਾਂਗੇ ਉਦੋਂ ਵੀ ਗੱਲ ਕਰ ਸਕਦੇ ਹੋ, ਤੇ ਉੱਥੇ ਵੀ ਦਰਸ਼ਨ ਮੇਲੇ ਕਰਕੇ ਆਏ ਹਾਂ। ਯਾਤਰਾ ਹੋਰ ਬਹੁਤ ਅਜੇ ਸਥਾਨ ਸੀਗੇ ਜਿੱਥੇ ਅਸੀਂ ਜਾਣਾ ਚਾਹੁੰਦੇ ਹਾਂ। ਲਾਹੌਰ ਦੇ ਵਿੱਚ ਬਹੁਤ ਸਾਰੇ ਸਥਾਨ ਹਨ ਜਿੱਥੇ ਮਹਾਰਾਜ ਲੈ ਕੇ ਗਏ। ਲਾਲ ਖੂਹ ਹੈ ਜੀ, ਕਿਉਂਕਿ ਜਦੋਂ ਸੰਗਤ ਆਉਂਦੀ ਹੈ ਚੜ੍ਹਦੇ ਤੋਂ, ਜਾਂ ਬਹੁਤੀ ਸੰਗਤ ਜਿਹੜੀ ਆਉਂਦੀ ਹੈ ਉਹ ਡੇਰਾ ਸਾਹਿਬ ਦਰਸ਼ਨ ਕਰਦੀ ਹੈ, ਨਾਲ ਹੀ ਸਮਾਧ ਹੈ ਮਹਾਰਾਜਾ ਰਣਜੀਤ ਸਿੰਘ ਦੀ, ਇੱਥੇ ਰੁਕ ਜਾਂਦੇ ਹਨ ਜਾਂ ਉਹ ਪ੍ਰਕਾਸ਼ ਸਥਾਨ 'ਤੇ ਦਰਸ਼ਨ ਕਰ ਲੈਂਦੇ ਹਨ, ਅਤੇ ਗੁਰਦੁਆਰਾ ਸਿੰਘ ਸਿੰਘਣੀਆਂ 'ਚ ਦਰਸ਼ਨ ਕਰ ਲੈਂਦੇ। ਜਗ੍ਹਾਵਾਂ ਤਾਂ ਬਹੁਤ ਨੇ, ਬਹੁਤ ਹੈ, ਪਰ ਲਾਲ ਖੂਹ ਬਹੁਤ ਮਿਸ ਕਰ ਜਾਂਦੇ ਆ। ਲਾਲ ਖੂਹ, ਫਿਰ ਇੱਕ ਹੋਰ ਗੁਰਦੁਆਰਾ ਸਾਹਿਬ ਆ ਉੱਧਰਲੀ ਸਾਈਡ 'ਤੇ, ਫਿਰ ਇਹਦੇ ਵਿੱਚ ਹੀ ਅੰਦਰ ਜਾ ਕੇ ਜਿੱਦਾਂ ਆਪਾਂ ਚੂਨਾ ਮੰਡੀ ਜਾਂਦੇ ਹਾਂ, ਚੂਨਾ ਮੰਡੀ ਦੇ ਨਾਲ ਇੱਕ ਹੋਰ ਜਿੱਥੇ ਦੀਵੇ ਵਗੈਰਾ ਰੱਖੇ, ਉਹ ਇੱਕ ਜਗ੍ਹਾ ਵਾ, ਉਹ ਮੇਰੇ ਹੁਣ ਨਾਂ ਦੇਣ 'ਚੋਂ ਨਿਕਲਦਾ ਵੀ ਨਿਸ਼ਾਨੀਆਂ ਨੇ ਪੁਰਾਣੀ ਨਿਸ਼ਾਨੀਆਂ ਹੈ। ਅਤੇ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਸਥਾਨ ਵੀ ਹੈਗਾ, ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ, ਸਿੰਘ ਸਿੰਘਣੀਆਂ ਦਾ ਹੈ, ਬੀਬੀਆਂ ਨੇ ਜਿੱਥੇ ਗਲਾਂ 'ਚ ਹਾਰ ਪੁਆਏ ਬੱਚਿਆਂ ਦੇ, ਉਹ ਹੈ। ਸੋ ਸਥਾਨ 'ਤੇ ਇੱਥੇ ਅੱਛਾ ਪਸਰੂਰ ਵੀ ਗਏ, ਸੋ ਮੈਂ ਥੋੜ੍ਹਾ ਜ਼ਿਕਰ ਕਰਦਾ, ਮੈਂ ਵੀ ਗਿਆ ਸਾਂ ਉੱਥੇ, ਅਤੇ ਉਹ ਇੱਕ ਖੜਾ, ਮੈਂ ਉੱਥੇ ਫੋਟੋ ਵੀ ਮੈਂ ਆਪਣੀ ਵੀ ਖਿੱਚੀ ਸੀ ਉੱਥੇ, ਉਹ ਬੜਾ ਖੂਬਸੂਰਤ। ਹਾਂ, ਉਹ ਪਹਿਲੀ ਪਾਤਸ਼ਾਹ ਦਾ ਮੇਰਾ ਖਿਆਲ ਨਾ, ਉਹ ਪਹਿਲੇ ਪਾਤਸ਼ਾਹ ਪਸਰੂਰ। ਹਾਂਜੀ, ਉੱਧਰ ਪਸਰੂਰ ਕਿਹੜੇ ਕਿਹੜੇ ਗਏ ਉਸ ਸਾਈਡ 'ਤੇ? ਪਸਰੂਰ ਦੇ ਵਿੱਚ ਇੱਕ ਤਾਂ ਚਲੋ ਪਸਰੂਰ ਸੀਗਾ, ਅਤੇ ਉੱਥੇ ਨਾ ਉਹ ਬੇਰੀਆਂ ਦਾ ਬਾਗ ਹੈ, ਬੇਰੀਆਂ ਦੇ ਬਾਗ 'ਚ ਉਹਨਾਂ ਨੇ ਸਾਨੂੰ ਦੱਸਿਆ, ਉਹ ਐਗਰੀਕਲਚਰ ਡਿਪਾਰਟਮੈਂਟ ਕੋਲ ਹੀ ਸਾਰੀ ਜ਼ਮੀਨ, ਅਤੇ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਬੇਰੀਆਂ ਵਾ ਨਾ, ਉਸੇ ਬੇਰੀ ਦਾ ਹੀ ਬਾਗ ਹੈ ਹੁਣ, ਜਿਹੜੀ ਬੇਰੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਹੱਥੀਂ ਲਾਈ ਸੀ, ਔਰ ਉਹਨੂੰ ਹੀ ਅੱਗੇ ਅੱਗੇ ਉਹ ਡਿਵੈਲਪ ਕਰ ਰਹੇ ਹਨ। ਔਰ ਉੱਥੋਂ ਅਸੀਂ ਪਸਰੂਰ ਤੋਂ ਫਿਰ ਅਸੀਂ ਕਰਤਾਰਪੁਰ ਸਾਹਿਬ ਨੂੰ ਗਏ ਸੀਗੇ, ਰਸਤੇ 'ਚ ਇੱਕ ਪਿੰਡ ਦਾ ਨਾਂ ਭੁੱਲ ਗਏ, ਰਸਤੇ 'ਚ ਸਿਆਲਕੋਟ, ਕਿੱਥੇ ਕਿੱਥੇ ਗਏ ਸਿਆਲਕੋਟ? ਬਹੁਤ ਸਿਆਲਕੋਟ 'ਚ ਫਿਰ ਉੱਥੇ ਗਲੋਟੀਆਂ ਗਏ ਨਾ। ਹਾਂਜੀ ਹਾਂਜੀ, ਬਾਬੇ ਬਾਬੇ ਦੀ ਬੇਰ ਤੇ ਚਲੋ ਮਸ਼ਹੂਰ ਹੈ ਬਾਬੇ ਜੀ, ਹੋਰ ਉਸ ਤੋਂ ਹਟ ਕੇ ਉਦਾਂ ਵੇਖੋ ਫਤਿਹ ਪਿੰਡਰ ਅਸੀਂ ਜਾਣਾ ਚਾਹੁੰਦੇ ਸੀ, ਨਹੀਂ ਜਾ ਸਕੇ, ਉਹਦੀਆਂ ਫੋਟੋਆਂ ਵੇਖੀਆਂ ਸਥਾਨ ਦੀਆਂ, ਬਹੁਤ ਖੂਬਸੂਰਤ ਹੈ। ਪਰ ਅਸੀਂ ਕਿਉਂਕਿ ਉੱਥੇ ਸਥਾਨ ਤੇ ਡਸਕਾ ਵੀ ਹੈਗਾ, ਉਹਦੇ ਲਾਗੇ ਬੰਨੇ ਹੋਰ ਪਿੰਡਾਂ 'ਚ ਬਹੁਤ ਸਾਰੇ ਸਥਾਨ ਆ, ਪਰ ਸਮਾਂ ਜਿਹੜਾ ਸੀ ਇੰਨਾ ਥੋੜ੍ਹਾ ਸੀਗਾ ਕਿ ਅਸੀਂ ਫਿਰ ਜਿਹੜਾ ਮੇਨ ਅਸੀਂ ਕੀਤਾ, ਕੋਸ਼ਿਸ਼ ਕਰਾਂਗੇ ਅਗਲੀ ਵਾਰ, ਕੋਸ਼ਿਸ਼ ਕਰੀਏ ਥੋੜ੍ਹਾ ਲੰਬਾ ਸਮਾਂ ਰੁਕੀਏ ਅਤੇ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਸਥਾਨ ਉਹਨਾਂ ਸਾਰਿਆਂ 'ਤੇ ਜਾ ਕੇ ਆਈਏ, ਕਿਉਂਕਿ ਇਸ ਵਾਰ ਅਸੀਂ ਪਿਸ਼ਾਵਰ ਵੱਲ ਵੀ ਨਹੀਂ ਜਾ ਸਕੇ, ਪੰਜਾ ਸਾਹਿਬ ਤੋਂ ਹੀ ਵਾਪਸ ਆ ਗਏ। ਅਜੇ ਤੱਕ ਮੇਰੀ ਇੱਛਾ ਹੈ ਕਿ ਅਸੀਂ ਆਪਣਾ ਅਕਾਲੀ ਫੂਲਾ ਸਿੰਘ ਜੀ ਉਹਨਾਂ ਦੇ ਜਿਹੜੇ ਸਮਾਧ ਹੈ ਜਿੱਥੇ ਉਹ ਸ਼ਹੀਦੀ ਪਾਈ, ਉੱਧਰ ਜਾ ਕੇ ਆਈਏ। ਹਰੀ ਸਿੰਘ ਨਲਵਾ ਦਾ ਹੈ ਜਿਹੜਾ, ਜਮਰੌਦ ਦਾ ਕਿਲਾ ਜਾਂ ਸਾਰਾ ਗੜੀ ਹੈ, ਜਿੱਥੇ ਵੀ ਹੋ ਵੱਧ ਤੋਂ ਵੱਧ ਜਾਇਆ ਜਾ ਸਕਦਾ। ਫਿਰ ਉੱਥੇ ਫਿਰ ਗੁਜਰਾਲ ਦੇ ਵਿੱਚ ਉਹਨਾਂ ਦਾ ਜੈ ਪਦਾਇਸ਼, ਫਿਰ ਤੁਸੀਂ ਜੇ ਆ ਜਾਂਦੇ ਜੇ ਇੱਧਰ ਮੰਦਰ ਹੈ ਜਿਹੜਾ ਮੇਰੇ ਨਾਲ ਰੇਂਜ ਨਿਕਲ ਰਿਹਾ ਹੁਣ, ਜਿੱਥੇ ਹਿੰਦੂ ਯਾਤਰੀ ਆਉਂਦੇ ਨੇ ਉੱਥੇ ਖਟਾਸ ਰਾਜ, ਹਾਂਜੀ ਉੱਥੇ ਇੱਕ ਛੋਟਾ ਕਿਲਾ ਵਾ, ਉੱਥੇ ਹਰੀ ਸਿੰਘ ਨਲਵਾ ਦਾ, ਫਿਰ ਉੱਥੇ ਦੱਸਿਆ ਜਾਂਦਾ ਵੀ ਕਿ ਗੁਰਦੁਆਰਾ ਸਾਹਿਬ ਵੀ ਸੀ ਉਦੋਂ। ਫਿਰ ਸਾਰਿਆਂ ਨਾਲ ਇੰਪੋਰਟੈਂਟ, ਜੇ ਤੁਹਾਡੇ ਕੋਲ ਪੂਰਾ ਇੱਕ ਦਿਨ ਦਾ ਟਾਈਮ ਹੋਵੇ, ਤੁਸੀਂ ਤੀਰ ਤੁਲ ਮਿਲਿਆ ਹੋਵੇ ਤੇ ਉੱਤੇ ਟਿੱਲਾ ਜੋਗੀਆਂ, ਉਹ ਟਿੱਲਾ ਜੋਗੀਆਂ ਪਿਛਲੀ ਵਾਰ ਵੀ ਰਹਿ ਗਿਆ, ਉਦੋਂ ਆਸ ਬਣੀ ਸੀ ਅਗਲੀ ਵਾਰ ਜਾਵਾਂਗੇ, ਤੇ ਐਤਕੀ ਵੀ ਰਹਿ ਗਿਆ। ਉਹਦੇ ਕਾਰਨ ਵੀ ਕਈ ਹੋ ਜਾਂਦੇ ਆ, ਸ਼ਾਇਦ ਸ਼ਬੀਰ ਵੀਰ ਜੀ ਨਾਲ ਚੱਲ ਜਾਂਦੇ, ਉਹਨਾਂ ਦੇ ਵੀ ਘਰੋਂ ਦੁੱਖ ਦਾ ਕੋਈ ਘੜੀ ਆ ਬਣੀ ਅਤੇ ਉਹ ਵੀ ਨਹੀਂ ਜਾ ਸਕੇ, ਸਾਡੇ ਕੋਲ ਵੀ ਸਮਾਂ ਸੰਕੋਚਵਾਂ ਸੀ। ਟਿੱਲਾ ਜੋਗੀਆਂ ਅਸੀਂ ਪਿਛਲੀ ਵਾਰੀ ਵੀ ਦੂਰੋਂ ਖਲੋ ਕੇ ਵੇਖ ਲਿਆ, ਅਤੇ ਕਿਹਾ ਅਗਲੀ ਵਾਰ ਆਵਾਂਗੇ, ਐਤਕੀ ਵੀ ਦੂਰੋਂ ਹੀ ਖਲੋ ਕੇ ਦੇਖ ਲਿਆ। ਅਤੇ ਉੱਥੇ ਲਾਗੇ ਰੋਹਤਾਸ ਕਿਲੇ ਦੇ ਜਿਹੜੇ ਮੇਨ ਹਨ ਉੱਥੇ ਖਾਲਿਦ ਜੀ, ਅਤੇ ਖਾਲਿਦ ਜੀ ਨੇ ਪਿਛਲੀ ਵਾਰੀ ਪ੍ਰੋਮਿਸ ਕੀਤਾ ਸੀ ਅਗਲੀ ਵਾਰੀ ਜਾਵਾਂਗੇ, ਐਤਕੀ ਵੀ ਕਿਹਾ ਵੀ ਚਲੋ ਜੇ ਜਿੰਦੇ ਰਹੇ ਤਾਂ ਅਗਲੀ ਵਾਰ ਆਵਾਂਗੇ, ਫਿਰ ਸਾਰੇ ਇਕੱਠੇ ਜਾਵਾਂਗੇ ਨਾਲੇ। ਚਲੋ ਤੁਸੀਂ ਅਗਲਾ ਪ੍ਰੋਗਰਾਮ ਕਰਦੇ ਨਾ, ਇੱਕ ਤਾਂ ਆਪਾਂ ਮੋਟਰਸਾਈਕਲ ਵਾਲਾ ਕਰਾਂਗੇ ਅਤੇ ਨਾਲੇ ਫਿਰਾਂਗੇ, ਕਿਉਂਕਿ ਹੁਣ ਜਗ੍ਹਾ ਬਣ ਗਈ ਉੱਥੇ ਮੋਟਰਸਾਈਕਲ ਉੱਤੇ ਜਾਣ ਲਈ, ਮੋਟਰਸਾਈਕਲ ਚੰਗਾ ਹੋਵੇ ਉੱਤੇ ਤੁਰ ਜਾਂਦਾ ਉਹ, ਜਾਣ ਦੀ ਜਗ੍ਹਾ ਬਣ ਗਈ ਹੈ, ਪਾਣੀ ਪੂਣੀ ਦਾ ਇੰਤਜ਼ਾਮ ਹੈ ਨਹੀਂ, ਉਹ ਲੈ ਕੇ ਜਾਣਾ ਪੈਂਦਾ ਉੱਥੇ, ਅਤੇ ਪਿਛਲੀ ਵਾਰੀ ਅਸੀਂ ਗਏ ਸਾਂ ਤਾਂ ਗਰਮੀ ਬੜੀ। ਅੱਛਾ, ਅਤੇ ਗਏ ਹਾਂ ਅਤੇ ਆਏ ਹਾਂ ਅਤੇ ਮੈਂ ਨਾ ਰਾਤ ਸ਼ਾਮ ਨੂੰ ਵਾਪਸ ਆਏ ਉੱਥੋਂ ਫਿਰ ਨਾ, ਕਿਉਂਕਿ ਉਹ ਤਕਰੀਬਨ ਉਦੋਂ ਡੇਢ ਘੰਟਾ ਲੱਗਦਾ ਸੀ ਉੱਤੇ ਜਾਣ 'ਤੇ ਨਾ ਪੈਦਲ ਚੱਲ ਕੇ, ਅਤੇ ਉਦੋਂ ਸਾਡੇ ਉੱਥੇ ਲੋਕਲ ਲੋਕ ਸਨ ਨਾਲ, ਫਿਰ ਊਠਾਂ 'ਤੇ ਪਾਣੀ ਲੈ ਕੇ ਗਏ ਨਾਲ ਸਾਰਾ ਦਿਨ ਇਸਤੇਮਾਲ ਕਰਨ ਵਾਸਤੇ, ਉਹ ਬੜਾ ਵਧੀਆ ਸਾਡਾ ਐਡਵੈਂਚਰ ਸੀ ਉੱਥੇ, ਬੜਾ ਅਸੀਂ ਪੂਰਾ ਦਿਨ ਗੁਜ਼ਾਰਿਆ ਸੀ ਉੱਥੇ। ਫਿਰ ਉਸ ਤੋਂ ਬਾਅਦ ਗੁਜਰਾਲੇ ਜਿਹੜਾ ਉਹ ਬਿਲਕੁਲ ਦਰਿਆ ਦੇ ਕੰਢੇ ਗੁਰਦੁਆਰਾ ਸਾਹਿਬ ਉੱਥੇ ਗਏ, ਉੱਥੇ ਸੀ ਆਈ ਏ ਦਾ ਦਫ਼ਤਰ ਵੀ ਬਣਿਆ ਹੁਣ,
ਗੁਜਰਾਂ ਵਾਲੇ ਜਿਹੜਾ ਜੇਲਮ, ਸੋਰੀ ਤੁਸੀਂ ਜੇਲਮ ਦੀ ਗੱਲ ਕਰ ਰਹੇ ਹਾਂ, ਜੇਲਮ ਫਿਰ ਉਹੀ ਕਿਉਂਕਿ ਜੇਲਮ ਗੁਜਰਾਤ ਹਾਫਜ਼ਾਬਾਦ ਸਾਨੂੰ ਸਾਰੇ ਛੱਡਣੇ ਪੈ ਗਏ, ਹਾਫਜ਼ਾਬਾਦ ਵੀ ਨਹੀਂ ਕਿਉਂਕਿ ਮੈਂ ਇੱਥੇ ਗੁਰੂ ਕੋਠਾ ਹੈ ਗੁਜਰਾਤ ਦੇ ਵਿੱਚ, ਉੱਥੇ ਵੀ ਜਾਣਾ ਸੀਗਾ, ਹਾਫਜ਼ਾਬਾਦ ਵੀ ਜਾਣਾ ਸੀ, ਇਤਿਹਾਸ ਬਹੁਤ ਸੀ ਉੱਥੇ ਲਾਗੇ ਪਿੰਡਾਂ ਦਾ ਵੀ ਸੀ, ਧੁੰਨੀ ਪਿੰਡ ਸਾਨੂੰ ਛੱਡਣਾ ਪੈ ਗਿਆ, ਅਸੀਂ ਉੱਥੇ ਵੀ ਜਾਣਾ ਚਾਹੁੰਦੇ ਸੀ, ਇਹ ਥੋੜੇ ਜਿਹੇ ਸਥਾਨਾਂ ਤੇ ਗਏ ਪਰ ਇਹ ਲਿਸਟ ਬਹੁਤ ਲੰਬੀ ਹੈ, ਜਿੰਨੇ ਵੇਖਣ ਦੇ ਵੀਡੀਓ ਇਹ ਅਸੀਂ ਗੱਲ ਕਰਨ ਦੇ ਜਿਹੜੀ ਜੋ ਸਾਨੂੰ ਯਾਦ ਆਉਣ ਡਿਆ, ਜੇ ਆਪਾਂ ਯਾਦ ਕਰਕੇ ਲੱਗ ਪਈਏ ਤਾਂ ਜਿਹੜਾ ਸ਼ੌਕੀਨ ਹੋਵੇ ਜਿਹੜਾ ਹਿਸਟਰੀ ਨਾਲ ਵੇਖਣ ਦਾ ਜਾਂ ਉਹਨਾਂ ਵੀਡੀਓ 'ਚ ਸ਼ੌਕ ਰੱਖਦਾ ਹੋਵੇ, ਵਲੌਗ ਬਣਾਉਣਾ ਚਾਹੁੰਦਾ ਹੋਵੇ, ਇੱਥੇ ਤੁਸੀਂ ਸਾਲ ਵੀ ਰਹੋਗੇ ਅਤੇ ਉਹ ਹਿਸਟੋਰੀਕਲ ਬਿਲਡਿੰਗ ਵੀ ਘੁੰਮਦੀਆਂ, ਤੁਸੀਂ ਡਾਕੂਮੈਂਟਰੀਜ਼ ਆਪਣੇ ਵਲੌਗ ਜਿਹੜੇ ਬਣਾ ਸਕਦੇ ਜ਼ਰੂਰ, ਜਿਹੜੇ ਦੋਸਤ ਆਉਣਾ ਚਾਹੁੰਦੇ ਹੋਣ। ਮੈਂ ਆਪ ਨਿਸ਼ਾਨ ਭਾਈ ਨੂੰ ਕਿਹਾ ਸੀ ਮੈਂ ਇੰਟਰਸਟਡ ਹਾਂ ਕਿ ਅਸੀਂ ਅੱਗੇ ਇੱਕ ਵਾਰੀ ਫੋਟੋਗ੍ਰਾਫੀ ਕੀਤੀ ਆ ਓਵਰਆਲ ਸਾਰੇ 350 ਗੁਰਦੁਆਰਾ ਸਾਹਿਬਾਨ ਦੀ ਹਿਸਟੋਰੀਕਲ ਬਿਲਡਿੰਗ ਸੀ ਮੈਂ ਅਤੇ ਲਵਲੀ ਨੇ, ਹੁਣ ਉਦੋਂ ਕਿਉਂਕਿ ਪਤਾ ਨਹੀਂ ਸੀ ਇੰਨਾ ਇੰਨਾ ਹਿਸਟਰੀ ਦਾ ਨਹੀਂ ਸੀ ਪਤਾ, ਵੀਡੀਓ ਬਣਾਉਣ ਦਾ ਨਹੀਂ ਸੀ ਇੰਨਾ ਪਤਾ, ਹਾਂਜੀ ਅਸੀਂ ਖੈਰ ਡਾਕੂਮੈਂਟਰੀਜ਼ ਬਣਾਈਆਂ ਤਾਂ ਹੈ, ਲੇਕਿਨ ਕੁਛ ਕੁਛ ਗੁਰਦੁਆਰਾ ਸਾਹਿਬਾਨ ਦੀ ਅਸੀਂ ਹੁਣ ਕੋਸ਼ਿਸ਼ ਕਰਾਂਗੇ ਵੀ ਜੇ ਤੁਹਾਡੇ ਵਰਗਾ ਕੋਈ ਜੁੜੇ ਹੋ ਤੁਸੀਂ ਅਗਲੀ ਵਾਰੀ ਆਓ ਵੀ ਅਸੀਂ ਇਹਨੂੰ ਲੈ ਕੇ ਤੁਰੀਏ ਇੱਕ ਸ਼ਹਿਰ ਤੋਂ ਲੱਗ ਕੇ ਵੀ ਉਹਦੇ 'ਚ ਸਾਰੀਆਂ ਕਵਰ ਕੀਤੀਆਂ ਜਾਣ, ਸਾਰੀਆਂ ਕਵਰ ਕੀਤੀਆਂ ਜਾਣ। ਸਾਡਾ ਜਿਹੜਾ ਇਹ ਯਾਤਰਾ ਸੀ ਇਹਦੇ ਵਿੱਚ ਟਰੈਵਲਿੰਗ ਬਹੁਤ ਜ਼ਿਆਦਾ ਸੀ, ਭੱਜੋ ਦੌੜ ਸੀ ਥੋੜ੍ਹਾ ਸਮਾਂ ਹੋਣ ਕਰਕੇ, ਅਤੇ ਜਿਹੜਾ ਕੰਮ ਕਰਨ ਦਾ ਤਰੀਕਾ ਇਹੀ ਹੁੰਦਾ ਕਿ ਇੱਕ ਥਾਂ ਟਿਕੋ ਅਤੇ ਉਸ ਏਰੀਏ ਨੂੰ ਕਵਰ ਕਰੋ, ਸ਼ਹਿਰ 'ਚ ਟਿਕੋ, ਹਾਂਜੀ ਸ਼ਹਿਰ 'ਚ ਟਿਕੋ ਉਸ ਏਰੀਏ ਨੂੰ ਕਵਰ ਕਰੋ, ਉਸ ਤੋਂ ਫਿਰ ਤਸੱਲੀ ਕਰਕੇ ਇੱਕ ਰਿਲੀਜ਼ ਦੇ ਨਾਲ ਫਿਰ ਅੱਗੇ ਚੱਲੋ, ਕਿਉਂਕਿ ਕੰਮ ਕਰਨ ਦੇ ਕਈ ਤਰੀਕੇ ਹੁੰਦੇ ਆ, ਇੱਕ ਜਦੋਂ ਭੱਜੋ ਦੌੜੀ ਵਾਲਾ ਹੁੰਦਾ ਉਹ 'ਚ ਫਿਰ ਬਹੁਤ ਬਰੀਫ ਕੰਮ ਕਰ ਸਕਦੇ ਹਾਂ, ਜੇ ਅਸਲੀ ਰੀਅਲ ਕੰਮ ਕਰਨਾ ਉਹਦੇ ਲਈ ਬੈਠਣਾ ਇਤਿਹਾਸ ਨੂੰ ਵਾਚਣਾ ਖੋਜਣਾ ਉਸ ਸਥਾਨ ਨੂੰ ਵੇਖਣਾ ਉਹਦੇ ਆਲੇ ਦੁਆਲੇ ਸਥਾਨ ਨੂੰ ਵੇਖਣਾ ਸਾਰੇ ਇਤਿਹਾਸ ਨੂੰ ਸਮਝ ਕੇ ਅਤੇ ਫਿਰ ਅੱਗੇ ਗੱਲ ਕਰਨੀ, ਠੀਕ ਹੈ ਜੀ। ਅੱਛਾ ਇਹ ਇੱਥੋਂ ਤੱਕ ਦੀ ਯਾਤਰਾ ਰਹੀ ਅਤੇ ਅਗਲੀ ਹੁਣ ਲਾਇਲਪੁਰ ਵਾਲੀ ਰਹਿ ਗਈ ਆਪਣੀ, ਫਿਰ ਲਾਇਲਪੁਰ ਵੀ ਆਪਣਾ ਪਿੰਡ ਜਿਹੜਾ ਚੱਕ 301 GB, ਪਿਛਲੀ ਵਾਰ ਮੈਂ ਗਿਆ ਸੀ ਐਦਕੀ ਨਹੀਂ ਜਾ ਸਕੇ, ਅਤੇ ਕੋਈ ਗੱਲ ਨਹੀਂ ਹੁਣ ਲਾਇਲਪੁਰ ਫਿਰ ਆਵਾਂਗੇ ਜੀ, ਲਾਇਲਪੁਰੀ ਅਸੀਂ ਹਾਂ ਅਤੇ ਲਾਇਲਪੁਰੀਏ ਹੀ ਰਹਿਣਾ ਹੈ ਕਿਉਂਕਿ ਨਾਂ ਦੇ ਨਾਲ ਜੁੜ ਜਾਂਦਾ ਹੈ ਕਿ ਲਾਇਲਪੁਰੀਏ ਹਾਂ ਅਸੀਂ, ਅਤੇ ਫਿਰ ਆਵਾਂਗੇ, ਲਾਇਲਪੁਰ ਵੀ ਕਰਨਾ ਹੈ ਜੀ, ਸਥਾਨ ਵੀ ਹੈ, ਅਗਲੀ ਵਾਰੀ ਆਉਣ ਵਾਸਤੇ ਕੋਈ ਵਜ੍ਹਾ ਵੀ ਹੋਣੀ ਚਾਹੀਦੀ, ਵਜ੍ਹਾ ਵੀ ਹੋਣੀ ਚਾਹੀਦੀ ਅਤੇ ਅਗਲੀ ਵਾਰੀ ਜੇ ਆਉਣਾ ਤਾਂ ਵਜ੍ਹਾ ਨਾ ਹੋਵੇ ਤਾਂ ਫਿਰ ਆਉਣ ਦਾ ਸਵਾਦ ਵੀ ਨਹੀਂ ਆਉਂਦਾ, ਉਹ ਬੰਦਾ ਇਹ ਹੈ ਨਾ ਵੀ ਹੁਣ ਤੁਸੀਂ ਇੰਨਾ ਕਰ ਲਿਆ ਤਕਰੀਬਨ ਕੋਈ 30-40 ਤੁਸੀਂ ਹੋ ਗਏ ਹੋਣੇ ਆਪਣੇ ਵਲੌਗ ਤਕਰੀਬਨ, ਹਾਂਜੀ ਹਾਂਜੀ 40 ਹੋ ਜਾਣਗੇ, 40 ਜੇ 40 20 ਦਿਨਾਂ 'ਚ ਹੋਏ ਜੇ ਅਗਲੇ ਵੀ ਮਹੀਨੇ ਜਾਊਗਾ 40-50 ਹੋਰ ਹੋ ਸਕਦੇ, ਅਤੇ ਸੋ ਉਹ ਥੋੜ੍ਹਾ ਜਿਹਾ ਇੰਟਰਸਟ ਵੀ ਬਣਾ ਰਿਹਾ ਕਿ ਅਗਲੀ ਵਾਰੀ ਆਹ ਕਰਨੇ ਆ, ਉਹ ਫਿਰ ਖੋਜ ਵੀ ਥੋੜ੍ਹੀ ਜਿਹੀ ਉੱਤੇ ਹਿਸਟਰੀ 'ਤੇ ਵੀ ਗ੍ਰਿਫਤ ਹੋਏਗੀ ਵੀ ਇੱਥੇ ਇੱਥੇ ਜਾਣਾ ਉਹਨੂੰ ਪੜ੍ਹ ਕੇ ਆਉਣਾ, ਉਹ ਫਿਰ ਵੀਡੀਓ ਬਣਾਉਣੀ ਸੌਖਾ ਕੰਮ ਤਾਂ ਨਹੀਂ ਆਇਆ ਨਾ, ਵੀਡੀਓ ਬਣਾਉਣੀ ਅਤੇ ਉਹ ਹਿਸਟਰੀ ਵੀ ਨਾਲ ਨਾਲ ਦੱਸਣੀ ਬਹੁਤ ਆ, ਅਤੇ ਉਹ ਜਿਹੜੇ ਦੂਜੇ ਕਰਦੇ ਨੇ ਲੋਕ ਜੇ ਆਪਾਂ ਗੱਲ ਕਰੀਏ ਜਿਹੜੇ ਪ੍ਰੋਫੈਸ਼ਨਲ ਸਮਝ ਕੇ ਕੰਮ ਕਰਦੇ ਨੇ ਜਾਂ ਉਹਨੂੰ ਕਮਰਸ਼ੀਅਲ ਕਰਦੇ ਨੇ, ਉਹਦੇ ਨਾਲ ਤਾਂ ਟੀਮ ਹੁੰਦੀ ਹੈ ਨਾ ਪੂਰੀ, ਟੀਮ ਪੂਰੀ ਤੁਹਾਨੂੰ ਸਕ੍ਰਿਪਟ ਦਿੰਦੀ ਆ, ਤੁਹਾਨੂੰ ਉਹ ਪ੍ਰੋਵਾਈਡ ਕਰਦੀ ਈਚ ਐਂਡ ਐਵਰੀਥਿੰਗ, ਇੱਥੇ ਤਾਂ ਵਨ ਮੈਨ ਆਰਮੀ ਆਪੇ ਸਾਰਾ ਕੁਛ ਕਰਨਾ, ਉੱਥੇ ਇਤਿਹਾਸ ਖੋਜਣ ਵਾਲਾ ਕੋਈ, ਸਕ੍ਰਿਪਟ ਵਾਲਾ ਕੋਈ, ਬੋਲਣ ਵਾਲਾ ਕੋਈ, ਕੈਮਰੇ ਵਾਲਾ ਕੋਈ, ਐਡੀਟਿੰਗ ਵਾਲਾ ਕੋਈ, ਠੀਕ ਨੀ, ਸਾਰਾ ਮੈਨੇਜ ਕਰਨ ਵਾਲਾ, ਅਤੇ ਅਸੀਂ ਤਾਂ ਗੁਰੂ ਕਿਰਪਾ ਸਦਕਾ ਜੀ ਵਨ ਮੈਨ ਟੀਮ ਹੀ ਹੈ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸਾਰੀ ਸੇਵਾ ਮਹਾਰਾਜ ਸਾਡੇ ਕੋਲ ਲੈਂਦੇ ਆ, ਸੋ ਉਹਦਾ ਕਰਕੇ ਫਿਰ ਇਹ ਵੀ ਹੁੰਦਾ ਹੈ ਕਿ ਜਦੋਂ ਦਿਨ 'ਚ ਪਹਿਲਾਂ ਵੀਡੀਓ ਬਣਾਉਂਦੇ ਰਹਿਣਾ, ਸ਼ਾਮ ਨੂੰ ਬਹਿ ਕੇ ਐਡਿਟ ਵੀ ਕਰਨੀ ਹੈ, ਜੇ ਇੱਕ ਦੋ ਦਿਨ ਐਡੀਟਿੰਗ ਨਹੀਂ ਹੋਈ ਉਹ ਫਿਰ ਦਿਮਾਗੋਂ ਵੀ ਨਿਕਲ ਜਾਂਦੀ ਨਾ ਗੱਲ, ਫਿਰ ਵੀ ਆਹ ਗੱਲਾਂ ਸੀ, ਕਿਉਂਕਿ ਜਿਹੜਾ ਬਣਾਉਣ ਵਾਲਾ ਵੀਡੀਓ ਜਿੰਨੇ ਬੋਲਣਾ ਵਾ ਉਹਨੂੰ ਪਤਾ ਹੁੰਦਾ ਵੀ ਇੱਥੇ ਇੱਥੇ ਆਹ ਚੀਜ਼ਾਂ ਮੈਂ ਐਡ ਕਰਨੀਆਂ, ਇੱਥੇ ਆਹ ਸ਼ਾਰਟ ਐਡ, ਇੱਦਾਂ ਹੀ ਹਾਂ ਜੀ, ਨਾਲੇ ਮੈਨੂੰ ਐਂ ਫੀਲ ਹੁੰਦਾ ਹੈ ਮੈਂ ਕਿਸੇ ਦਾ ਇਤਿਹਾਸ ਖੋਜਿਆ ਬੋਲਣਾ ਬਹੁਤ ਮੁਸ਼ਕਲ ਲੱਗਦਾ ਮੈਨੂੰ, ਕਾਰਨ ਇਹ ਹੈ ਕਿ ਜਦੋਂ ਅਸੀਂ ਆਪ ਇਤਿਹਾਸ ਖੋਜਦੇ ਹਾਂ ਉਹਦੇ ਨਾਲ ਫੀਲਿੰਗ ਆਉਂਦੀ ਹੁੰਦਾ, ਅੱਖਰ ਪੜ੍ਹਨੇ ਅਤੇ ਅੱਖਰ ਬੋਲ ਦੇਣੇ ਉਹ ਹੋਰ ਗੱਲ ਹੈ, ਅੱਖਰਾਂ ਨੂੰ ਇਕੱਲੇ ਇਕੱਲੇ ਨੂੰ ਆਪ ਖੋਜਿਆ ਹੋਣਾ ਉਹ ਹੋਰ ਗੱਲ ਹੈ, ਅਸੀਂ ਇਤਿਹਾਸ ਲਿਖ ਕੇ ਨਹੀਂ ਬੋਲਦੇ ਯੂਜਲੀ, ਅਤੇ ਅਸੀਂ ਉੱਦਾਂ ਹੀ ਬੋਲਦੇ, ਜਦੋਂ ਪੜ੍ਹ ਲਈਦਾ ਸਮਝ ਲਈਦਾ ਇੱਥੇ ਜਿਹਨ 'ਚ ਵੱਸ ਜਾਂਦਾ ਫਿਰ ਉਹਨੂੰ ਆਪਣੇ ਫਲੋ ਦੇ ਨਾਲ ਕੋਸ਼ਿਸ਼ ਕਰਦੇ ਐਕਸਪਲੇਨ ਕੀਤਾ ਜਾਵੇ, ਸੋ ਯਾਤਰਾ ਤਾਂ ਬਹੁਤ ਵਧੀਆ ਰਹੀ ਹੈ ਜੀ, ਦੋ ਦਿਨ ਅਜੇ ਹੋਰ ਆ ਲਾਹੌਰ ਦੇ ਵਿੱਚ, ਹੋਰ ਵੀ ਦਰਸ਼ਨ ਮੇਲੇ ਕਰਾਂਗੇ, ਫਿਰ ਉਸ ਤੋਂ ਅੱਗੇ ਫਿਰ ਜਿੱਧਰ ਰੱਬ ਰਜਾਏ ਬਹਿਣ ਤਾਂ ਦਾਊਂ ਗਾਊਂ ਕਰੇ, ਜਿੱਧਰ ਸਾਨੂੰ ਰੱਬ ਮਹਾਰਾਜ ਲੈ ਕੇ ਜਾਣਗੇ ਅੱਗੇ ਚੱਲਦਾ ਰਹੇਗਾ ਜੀ ਕਾਫਲਾ, ਚਲੋ ਅਗਲੀ ਪੋਡਕਾਸਟ ਅਗਲੀ ਵਾਰੀ ਕਰਾਂਗੇ ਨਾ ਜਦੋਂ ਤੁਸੀਂ ਆਓਗੇ ਨਾ ਵੀ ਕਿੱਥੇ ਕਿੱਥੇ ਗਏ ਜੋ ਹੁਣ, ਬਿਲਕੁਲ ਇੱਥੋਂ ਵਾਲੀ ਤੋਂ ਬਾਅਦ ਅਗਲੀ ਕੰਟੀਨਿਊ ਕਰਾਂਗੇ, ਠੀਕ ਹੈ ਭਾਈ, ਉਹ 40 ਦੀ ਵੀ ਸਾਰੀ ਫਿਰ ਹੁਣ ਤੁਹਾਡੀ ਡਾਇਰੀ ਤਾਂ ਗੋਦੋਂ ਖਿਲਾ ਲੈਣੀ ਵੀ ਕਿੱਥੇ ਕਿੱਥੇ ਕੀ ਕੁਝ ਵੇਖਿਆ। ਅੱਛਾ ਇਹਦੇ ਵਿੱਚ ਐਂਡ 'ਤੇ ਜਿਹੜੀ ਆਪਾਂ ਸਟਾਰਟਿੰਗ 'ਚ ਗੱਲ ਕੀਤੀ ਸੀ, ਵੇਖੋ ਸਫ਼ਰ ਦੀਆਂ ਮੁਸ਼ਕਲਾਂ ਤਾਂ ਹੁੰਦੀਆਂ, ਹਾਂਜੀ, ਕਿਉਂਕਿ ਸਫ਼ਰ ਨਾ ਹੀ ਮੁਸ਼ਕਲ ਦਾ, ਨਾ ਹੀ ਮੁਸ਼ਕਲ ਦਾ, ਠੀਕ ਹੈ, ਉਹ ਤਾਂ ਮੁਸ਼ਕਲ ਆਉਣੀ ਆਉਣੀ, ਉਹ ਇਸ ਤੋਂ ਹਟ ਕੇ ਕੋਈ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਜਿਹੜੇ ਹੋਰ ਆਉਣ ਵਾਲੇ ਹੋਣ, ਮੈਂ ਨਹੀਂ ਆਉਂਦਾ
ਵੀ ਆਪਾਂ ਸਾਰਿਆਂ ਨੂੰ ਇਹਨੂੰ ਕੋਈ ਪ੍ਰੀ ਪਲੈਨ ਗੱਲ ਕਰੀਏ ਵੀ ਨਹੀਂ ਵੀ ਤੁਸੀਂ ਇੱਦਾਂ ਕਹੋ ਜੋ ਤੁਸੀਂ ਵੇਖਿਆ ਵੀ ਕੋਈ ਇਸ ਤਰ੍ਹਾਂ ਦੀਆਂ ਔਕੜਾਂ ਜਾਂ ਕੋਈ ਆਸਾਨੀਆਂ ਵੀ ਹੋਇਆ ਨੇ ਤੁਹਾਡੇ ਦੇਖੋ ਜੀ ਜਦੋਂ ਆਪਾਂ ਸਫ਼ਰ ਕਰਦੇ ਹਾਂ ਨਾ ਜਦੋਂ ਘਰੋਂ ਆਪਾਂ ਨਿਕਲਦੇ ਹਾਂ ਤਾਂ ਆਪਾਂ ਹਮੇਸ਼ਾ ਥੋੜ੍ਹਾ ਜਿਹਾ ਇਸ ਟੈਂਸ ਹੁੰਦੇ ਹਾਂ ਕਿ ਪਤਾ ਨਹੀਂ ਅੱਗੇ ਸਿਚੁਏਸ਼ਨ ਕਿੱਦਾਂ ਦੀ ਆਉਣੀ ਇਸ ਯਾਤਰਾ 'ਚ ਅਸੀਂ ਜਦੋਂ ਵੇਖੀਏ ਦੋ ਵਾਰ ਅਸੀਂ ਗੱਡੀ ਹਾਇਰ ਕੀਤੀ ਸਾਡਾ ਬੜਾ ਵਧੀਆ ਸਮੂਥ ਰਿਹਾ ਕੋਈ ਕਿਸੇ ਤਰ੍ਹਾਂ ਦੀ ਬ੍ਰੇਕਡਾਊਨ ਨਹੀਂ ਹੋਈ ਕੁਛ ਨਹੀਂ ਬਾਕੀ ਜਿਹੜਾ ਮੇਨ ਆ ਕਿ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਤੁਹਾਡੀਆਂ ਸਾਰੀਆਂ ਡਿਟੇਲਸ ਲਿਖੀਆਂ ਜਾਂਦੀਆਂ ਪਾਸਪੋਰਟ ਦੀਆਂ ਉਹ ਸਾਰਾ ਇੱਕ ਰੂਟੀਨ ਸਿਕਿਉਰਿਟੀ ਪ੍ਰੋਸੈਸ ਬਣ ਗਿਆ ਹੋਇਆ ਇੱਥੋਂ ਦਾ ਸੋ ਜਿਹੜੇ ਸਿੱਖ ਯਾਤਰੂ ਆ ਵੀ ਰਹੇ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਉਹ ਸਗੋਂ ਹੁਣ ਅਸੀਂ ਆਪ ਹੀ ਜਾਂਦੇ ਜਾ ਕੇ ਡਿਟੇਲਸ ਲਿਖਵਾ ਦਿੱਤੀਆਂ ਬਾਕੀ ਹੈ ਕਿ ਜਿਹੜਾ ਆਵਾਮ ਆ ਇੱਥੋਂ ਦੇ ਲੋਕ ਹਨ ਉਹ ਤੁਹਾਨੂੰ ਬਹੁਤ ਪਸੰਦ ਕਰਦੇ ਹਨ ਉਹਨਾਂ ਨੂੰ ਤਾਂ ਇੰਨਾ ਚਾਉ ਚੜ੍ਹ ਜਾਂਦਾ ਹੈ ਵੇਖ ਕੇ ਵੀ ਇਹ ਉੱਧਰੋਂ ਆਏ ਹਨ ਅਤੇ ਉਹ ਜਿਹੜੇ ਹੁਣ ਇੱਧਰ ਬੈਠੇ 70-70 ਸਾਲਾਂ ਤੋਂ ਅਸੀਂ ਤਾਂ ਅਚਾਨਕ ਉੱਧਰੋਂ ਆ ਗਏ ਨਾ ਅਤੇ ਉਹ ਜਦੋਂ ਸਾਨੂੰ ਮਿਲਦੇ ਨਾ ਉਹਨਾਂ ਨੂੰ ਐਂ ਹੀ ਲੱਗਦਾ ਜਿਵੇਂ ਸਾਡਾ ਕੋਈ ਜੀ ਉੱਧਰੋਂ ਆ ਗਿਆ ਇੰਨੀ ਛੇਤੀ ਕਨੈਕਟ ਹੁੰਦੇ ਆ ਨਾ ਇੰਨੀ ਛੇਤੀ ਕਨੈਕਸ਼ਨ ਬਣਦਾ ਇੱਕੋ ਹੀ ਗੱਲ ਅਸੀਂ ਕਿੱਥੋਂ ਆਏ ਹਾਂ ਜੀ ਉਹਦੇ ਨਾਲ ਹੀ ਕਨੈਕਸ਼ਨ ਬਣ ਜਾਂਦਾ ਉਸ ਤੋਂ ਬਾਅਦ ਤਾਂ ਭਾਵੇਂ ਸਾਰਾ ਦਿਨ ਖਲੋ ਕੇ ਗੱਲਾਂ ਕਰੀ ਜਾਓ ਹਾਂਜੀ ਉਹ ਬਾਅਦ ਛਡਾਉਣੀ ਪੈਂਦੀ ਆ ਕਿ ਹੁਣ ਮਜਬੂਰੀ ਆ ਸਮੇਂ ਦੀ ਵੀ ਆਪਾਂ ਨੂੰ ਜਾਣਾ ਹੈ ਅਤੇ ਉਹ ਬਜ਼ੁਰਗ ਸਾਨੂੰ ਮਿਲ ਗਏ ਜੀ ਇੱਕ ਲਾਹੌਰ ਬਾਜ਼ਾਰ ਦੇ ਵਿੱਚ ਮੈਂ ਸ਼ਾਇਦ ਨਾਂ ਗਲਤ ਲਵਾਂ ਉਹਨਾਂ ਨੇ ਕਿਹਾ ਕਿ ਮੇਰੇ ਪੜਦਾਦਾ ਜੀ ਸੀ ਬੂਟੇ ਸ਼ਾਹ ਸ਼ਾਇਦ ਬੂਟਾ ਪਹਿਲਵਾਨ ਕਹਿੰਦੇ ਸੀਗੇ ਵੀ ਉਹ ਰੁਸਤਮੇ ਹਿੰਦ ਸੀਗੇ ਅਤੇ ਉਹਨਾਂ ਦੀਆਂ ਨਾ ਅੱਖਾਂ 'ਚ ਪਾਣੀ ਆ ਗਿਆ ਗੱਲ ਕਰਦਿਆਂ ਕਰਦਿਆਂ ਲਾਲ ਖੂਹੀ ਦੇ ਲਾਗੇ ਦਾ ਇੰਸੀਡੈਂਸ ਆ ਮੈਨੂੰ ਕਹਿੰਦੇ ਸਾਡੀਆਂ ਨਾ ਥਾਲੀਆਂ ਸਾਂਝੀਆਂ ਹੁੰਦੀਆਂ ਅਤੇ ਉਹ ਜਦੋਂ ਇੰਨੀ ਅੱਖਰ ਉਹਨਾਂ ਕਹਿੰਦੇ ਮੇਰੇ ਕੋਲ ਵੀ ਅੱਗੋਂ ਬਹੁਤਾ ਕੁਛ ਕਹਿ ਨਹੀਂ ਹੋਇਆ ਵੀ ਗੱਲ ਇਹਨਾਂ ਦੀ ਸਹੀ ਹੈ ਵੀ ਕਿੱਦਾਂ ਆਪਾਂ ਲੋਕ ਇਕੱਠੇ ਰਹਿੰਦੇ ਸੀ ਇਕੱਠੇ ਬਹਿ ਕੇ ਖਾਣਾ ਖਾਂਦੇ ਸੀ ਧੀਆਂ ਭੈਣਾਂ ਦੀਆਂ ਇੱਜ਼ਤਾਂ ਸਾਂਝੀਆਂ ਸੀ ਉਹ ਸਾਰਾ ਕੁਛ ਜਿਹੜਾ ਨਾ ਦੋ ਚੋ ਦਿਨਾਂ ਦੀ ਖੇਡ ਦੇ ਵਿੱਚ ਹੀ ਸਾਰਾ ਬਣੀ ਬਣਾਈ ਨਾ ਜਿਵੇਂ ਐਂ ਲੱਗਾ ਜਿਵੇਂ ਤਾਸ਼ ਦੇ ਪੱਤਿਆਂ ਦੀ ਬਿਲਡਿੰਗ ਖਿਲਰ ਜਾਂਦੀ ਨਾ ਉੱਦਾਂ ਹੀ ਖਿਲਰ ਕੇ ਬਹਿ ਗਿਆ ਹੁਣ ਚੜ੍ਹਦਾ ਅਤੇ ਲਹਿੰਦਾ ਪੰਜਾਬ ਹੈ ਲੋਕਾਂ ਦਾ ਪਿਆਰ ਹੈ ਨਾਲ ਇਹ ਹੈ ਕਿ ਜਿੰਨਾ ਜ਼ਿਆਦਾ ਅਸੀਂ ਆਵਾਂਗੇ ਓਨਾ ਹੀ ਸਾਡੀ ਸਾਂਝ ਜ਼ਿਆਦਾ ਵਧੇਗੀ ਅਤੇ ਸੰਗਤ ਨੂੰ ਬੇਨਤੀ ਹੈ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਵੀਜ਼ੇ ਲਾਉਣ ਖਾਸ ਤੌਰ 'ਤੇ ਜਿਹੜੀਆਂ ਵਿਦੇਸ਼ਾਂ 'ਚ ਸੰਗਤਾਂ ਰਹਿੰਦੀਆਂ ਹਨ ਉਹ ਆਉਣ ਦਰਸ਼ਨ ਮੇਲੇ ਕਰਾਂਗੇ ਕੁਛ ਅਸਥਾਨ ਹੁਣ ਆਲਰੇਡੀ ਬੜਾ ਵਧੀਆ ਪ੍ਰਕਾਸ਼ ਹੁੰਦਾ ਵੱਸ ਰਹੇ ਹਨ ਸੰਗਤ ਦੀ ਆਵਾਜਾਈ ਉੱਥੇ ਅਜੇ ਵੀ ਘੱਟ ਹੈ ਅਤੇ ਕੁਛ ਅਸਥਾਨ ਜਿਹੜੇ ਅਸੀਂ ਬਚਣਾਉਣਾ ਚਾਹੁੰਦੇ ਹਾਂ ਕਿਉਂਕਿ ਹੁਣ ਕੀ ਹੈ ਜਿਉਂ ਜਿਉਂ ਸੰਗਤ ਆਏਗੀ ਉਹ ਜੋ ਹੋ ਗਿਆ ਹੁਣ 47 'ਚ ਹੁਣ ਅਸੀਂ 75 ਸਾਲ ਅੱਗੇ ਆ ਕੇ ਬੈਠੇ ਹੋਏ ਹਾਂ ਸਾਨੂੰ ਹੁਣ ਵੇਖਣਾ ਹੈ ਕਿ ਅੱਜ ਦੀ ਸਿਚੁਏਸ਼ਨ ਦੇ ਵਿੱਚ ਬੈਸਟ ਆਊਟਕਮ ਕੀ ਹੈ ਉਹ ਸਥਾਨਾਂ ਦੀਆਂ ਨਿਸ਼ਾਨੀਆਂ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਅਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਆਵਾਂਗੇ ਕੋਸ਼ਿਸ਼ ਕਰਾਂਗੇ ਉਹ ਪਿੰਡਾਂ ਦੇ ਵਿੱਚ ਉਹ ਵਲਗਣਾ ਉਹ ਥੜੇ ਉਹ ਗੁਰਦੁਆਰਾ ਸਾਹਿਬ ਦੀ ਬਿਲਡਿੰਗਾਂ ਉਹ ਬਚਾਈਆਂ ਜਾ ਸਕਣ ਤਾਂ ਜੋ ਮੁੜ ਕੇ ਉਹ ਯਾਦਾਂ ਗਾਂ ਤੱਕ ਵੀ ਬਣੀਆਂ ਰਹਿਣ ਬਹੁਤ ਸ਼ੁਕਰੀਆ ਸ਼ਾਨ ਜੀ ਮੈਂ ਵੀ ਇਹੀ ਕਹਿੰਦਾ ਹੁੰਦਾ ਵੀ ਆਪਣੇ ਸਾਰੇ ਪ੍ਰੋਗਰਾਮ 'ਚ ਉਹਨਾਂ ਸਥਾਨਾਂ ਨੂੰ ਹਿਸਟੋਰਿਕ ਨੇ ਜਾਂ ਦੂਸਰੀਆਂ ਨੇ ਬਚਾਉਣ ਦਾ ਫਾਇਦਾ ਵੀ ਤਾਂ ਹੋਏਗਾ ਜੇ ਅਸੀਂ ਲੋਕ ਉੱਥੇ ਜਾਵਾਂਗੇ ਜਾਓਗੇ ਜੇ ਤੁਸੀਂ ਜਾਓਗੇ ਨਹੀਂ ਉੱਥੇ ਪੈਸੇ ਲਾਉਣ ਦਾ ਵੀ ਫਾਇਦਾ ਕੋਈ ਨਹੀਂ ਅਤੇ ਜੇ ਮਤਲਬ ਇੱਕ ਬਿਲਡਿੰਗ ਆ ਪੁਰਾਣੀ ਪਈ ਆ ਉੱਥੇ ਕੋਈ ਕਰੋੜ ਲੱਗ ਵੀ ਜਾਂਦਾ ਗਵਰਨਮੈਂਟ ਆਉਂਦੀ ਵੀ ਲਾ ਦਿੰਦੀ ਹੈ ਹੋਰ ਕੋਈ ਤੁਸੀਂ ਸਿੱਖ ਸੰਗਤ ਲਾ ਦਿੰਦੀ ਹੈ ਅਤੇ ਉਹ ਪੈਸੇ ਦਾ ਵੀ ਇਸ ਜ਼ਿਆ ਜਾਂ ਜ਼ਾਇਆ ਵਾ ਜਦੋਂ ਤੁਸੀਂ ਜਾਣਾ ਨਹੀਂ ਜਾਣਾ ਜਦੋਂ ਜਾਵਾਂਗੇ ਉਦੋਂ ਤੁਹਾਨੂੰ ਵੀ ਲਾਉਣ ਦੀ ਲੋੜ ਨਹੀਂ ਪੈਣੀ ਗਵਰਨਮੈਂਟ ਨੇ ਆਪ ਕਹਿਣਾ ਵੀ ਨਹੀਂ ਯਾਰ ਇੱਥੇ ਵਿਜ਼ਿਟਰ ਆਉਂਦੇ ਨੇ ਇੱਥੇ ਰੋਜ਼ਗਾਰ ਦੇ ਸੋਰਸਿਸ ਪੈਦਾ ਹੁੰਦੇ ਆ ਲੋਕ ਆਉਂਦੇ ਆ ਕੇ ਪੈਸੇ ਖਰਚਦੇ ਕੋਈ 10 ਰੁਪਈਏ ਖਰਚਦਾ ਕੋਈ 1 ਲੱਖ ਖਰਚਦਾ ਕੋਈ 2 ਖਰਚਦਾ ਸੋ ਗਵਰਨਮੈਂਟ ਵੀ ਉੱਧਰ ਅਟਰੈਕਟ ਹੁੰਦੀ ਹੈ ਸੋ ਅਸੀਂ ਆਵਾਂਗੇ ਅਤੇ ਇਹਨਾਂ ਬਿਲਡਿੰਗ ਨੂੰ ਇਹਨਾਂ ਹਿਸਟੋਰੀਕਲ ਬਿਲਡਿੰਗ ਨੂੰ ਬਚਾਉਣ ਦਾ ਫਾਇਦਾ ਹੋਏਗਾ ਅਤੇ ਬਚਾਈਆਂ ਵੀ ਜਾ ਸਕਦੀਆਂ ਡਿਪੈਂਡ ਸਾਡੇ 'ਤੇ ਕਰਦਾ ਵੀ ਅਸੀਂ ਬਚਾਉਣੀਆਂ ਕਿ ਨਹੀਂ ਬਚਾਉਣਾ ਹਾਂਜੀ ਸੋ ਇਸ ਤਰ੍ਹਾਂ ਦੀਆਂ ਵੀਡੀਓਜ਼ ਕਹਾਣੀਆਂ ਦੋਸਤਾਂ ਦੇ ਨਾਲ ਗੱਲਬਾਤ ਸ਼ੇਅਰ ਕਰਦੇ ਰਹੀਦਾ ਅਤੇ ਕਰਦੇ ਰਹਾਂਗੇ ਮਿਲਦੇ ਅਗਲੇ ਪ੍ਰੋਗਰਾਮ 'ਚ ਰੱਬ ਰੱਖ